ਨਮਸਕਾਰ, ਸਤਿ ਸ੍ਰੀ ਅਕਾਲ। ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਵੀਕਐਂਡ ਤੋਂ ਬਾਅਦ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ, ਜਿਨ੍ਹਾਂ ਦੀ ਇਹਨਾਂ ਦਿਨਾਂ 'ਚ 176ਵੀਂ ਬਰਸੀ ਹੈ। ਕੀ ਉਹਨਾਂ ਨੂੰ ਸਰਕਾਰਾਂ ਵੱਲੋਂ ਸਹੀ ਅਤੇ ਢੁੱਕਵੀਂ ਮਾਨਤਾ ਦਿੱਤੀ ਗਈ ਹੈ? ਕੀ ਅਸੀਂ ਪੰਜਾਬ 'ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੁਝ ਸਿੱਖਿਆ ਹੈ? ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਸਾਰਿਆਂ ਨਾਲ ਸਾਂਝੇ ਕਰਨੇ ਚਾਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਵਜੇ ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਹੋ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ, ਜਦੋਂ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ। ਪੁਰਾਣੇ ਸ਼ੋਅ ਯੂਟਿਊਬ 'ਤੇ ਉਪਲਬਧ ਨੇ। ਅੱਜ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਅਪਡੇਟ ਦੇਣਾ ਚਾਹੁੰਦਾ। ਕ੍ਰਿਕਟ ਦੇ ਪ੍ਰਬੰਧਕ ਲਲਿਤ ਮੋਦੀ ਨੂੰ ਲੈ ਕੇ ਦਿੱਲੀ 'ਚ ਹਾਲੇ ਵੀ ਗੰਭੀਰ ਮਸਲਾ ਬਣਿਆ ਹੋਇਆ ਹੈ। ਆਪਾਂ ਇਸ ਬਾਰੇ ਪਿਛਲੇ ਹਫ਼ਤੇ ਗੱਲ ਕੀਤੀ ਸੀ, ਬੜੀ ਵਿਸਤਾਰ ਦੇ ਵਿੱਚ ਗੱਲ ਕੀਤੀ ਸੀ, ਪਰ ਹਾਲੇ ਵੀ ਵਿਰੋਧੀ ਧਿਰਾਂ ਮੁਲਕ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਨੇ। ਪਰ ਭਾਜਪਾ ਆਪਣੀ ਗੱਲ 'ਤੇ ਅੜੀ ਹੋਈ ਹੈ। ਉਹ ਕਹਿ ਰਹੇ ਨੇ ਕਿ ਇਹਨਾਂ ਦੀ ਕੋਈ ਗਲਤੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਦਿਨ ਪਹਿਲਾਂ ਆਪਣੇ ਮੁਲਕ ਦੇ ਨਾਲ, ਮੁਲਕ ਦੇ ਲੋਕਾਂ ਦੇ ਨਾਲ ਮਨ ਕੀ ਬਾਤ ਵਿੱਚ ਇਸ ਬਾਰੇ ਜ਼ਿਕਰ ਵੀ ਨਹੀਂ ਕੀਤਾ ਸੀ। ਪਰ ਮੇਰਾ ਆਪਣਾ ਵਿਚਾਰ ਹੈ ਕਿ ਸਰਕਾਰ ਵਾਸਤੇ ਸੰਕਟ ਲਗਾਤਾਰ ਬਣਿਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਸੁਸ਼ਮਾ ਸਵਰਾਜ ਅਤੇ ਵਸੁੰਧਰਾ ਰਾਜੇ ਦਾ ਆਪਣੇ ਅਹੁਦਿਆਂ 'ਤੇ ਟਿਕਣਾ ਹੋਰ ਵੀ ਮੁਸ਼ਕਲ ਹੋ ਜਾਊਗਾ। ਹੁਣ ਅੱਜ ਦਾ ਮਸਲਾ, ਅੱਜ ਵੀ ਅਸੀਂ ਸਿੱਖ ਰਾਜ ਜਿਹੜਾ 1799 ਤੋਂ ਲੈ ਕੇ 1849 ਤੱਕ ਸੀ, ਇਸ ਨੂੰ ਹਾਲੇ ਵੀ ਅਸੀਂ ਯਾਦ ਕਰਦੇ ਹਾਂ। ਖਾਸ ਕਰਕੇ ਅਸੀਂ ਯਾਦ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਜਿਹੜਾ 1839 ਤੱਕ ਸੀ। ਇਹਨਾਂ ਦਿਨਾਂ 'ਚ 1839 'ਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ 'ਤੇ ਪੰਜਾਬ ਸਰਕਾਰ ਨੇ ਅਖਬਾਰਾਂ 'ਚ ਇਸ਼ਤਿਹਾਰ ਵੀ ਦਿੱਤੇ ਆ। ਕੱਲ੍ਹ ਕਈ ਅਖਬਾਰਾਂ ਦੇ ਵਿੱਚ ਇਸ ਬਾਰੇ ਇਸ਼ਤਿਹਾਰ ਆਏ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਇਹੋ ਜਿਹੀ ਸ਼ਖਸੀਅਤ, ਇਹੋ ਜਿਹੀ ਮਹਾਨ ਸ਼ਖਸੀਅਤ ਨੂੰ ਸਹੀ ਸ਼ਰਧਾਂਜਲੀ ਇਹਨਾਂ ਇਸ਼ਤਿਹਾਰਾਂ ਰਾਹੀਂ ਹੀ ਦੇਣੀ ਚਾਹੀਦੀ ਹੈ? ਮੈਂ ਜਿਵੇਂ ਆਪਣੇ ਵੀਡੀਓ ਬਲੌਗ 'ਚ ਜਿਹੜਾ ਮੈਂ ਕਰੀਬ ਰੋਜ਼ ਕਰਦਾ ਵਾਂ, ਉਹਦੇ 'ਚ ਕੱਲ੍ਹ ਕਿਹਾ ਸੀ ਕਿ ਉਹਨਾਂ ਦੇ ਸੰਗਰੂਰ ਜ਼ਿਲ੍ਹੇ 'ਚ ਜੱਦੀ ਪਿੰਡ ਬਡਰੁੱਖਾਂ 'ਚ ਯਾਦਗਾਰੀ ਪਾਰਕ 'ਚ ਜਿਹੜਾ ਬੁੱਤ ਲੱਗਣਾ ਸੀ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਣਾ ਸੀ, ਵੀ ਉਹ ਘੋੜੇ 'ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇਖੇ ਜਾ ਸਕਦੇ ਸੀ ਇਸ ਬੁੱਤ ਦੇ ਵਿੱਚ, ਉਹ ਬੁੱਤ ਜਿਹੜਾ ਵਾ ਹੋਰ ਤਾਂ ਕੀ ਹੋਣਾ ਵਾ, ਉਹ ਬੁੱਤ ਵੀ ਹਾਲੇ ਤਾਂ ਉੱਥੇ ਨਹੀਂ ਲੱਗਿਆ। ਜੇ ਆਪਾਂ ਇਤਿਹਾਸ ਦੇ ਪੰਨਿਆਂ 'ਚ ਝਾਤੀ ਮਾਰੀਏ ਤਾਂ ਇਹ ਆਪਾਂ ਅੰਦਾਜ਼ਾ ਕਰਨਾ ਹੀ ਮੁਸ਼ਕਲ ਹੋ ਜਾਂਦਾ ਹੈ ਕਿ ਸਿਰਫ 200 ਸਾਲ ਪਹਿਲਾਂ ਕੋਈ ਸ਼ਖਸ ਜੋ ਸ਼ਾਇਦ ਬਿਲਕੁਲ ਅਨਪੜ੍ਹ ਸੀ, ਉਹ ਇੰਨੇ ਵੱਡੇ ਇਲਾਕੇ 'ਤੇ ਇੰਨੀ ਕਾਮਯਾਬੀ ਨਾਲ ਰਾਜ ਕਰ ਗਏ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸ ਵੇਲੇ ਦੇ ਪੰਜਾਬ ਤੋਂ ਜਿਹੜਾ ਵਾਕਿਆ ਹੀ 5 ਦਰਿਆਵਾਂ ਦਾ ਪੰਜਾਬ ਸੀ, ਹੁਣ ਤਾਂ ਆਪਾਂ ਪੰਜਾਬ 'ਤੇ ਕਹਿੰਦੇ ਹਾਂ, ਵੈਸੇ ਹੈ ਹੁਣ 2.5 ਦਰਿਆ ਹੀ ਆ, ਉਹ ਵੀ ਉਹਨਾਂ 'ਚ ਵੀ ਪਾਣੀ ਬੜਾ ਘੱਟ ਆ। ਸੋ ਉਹਨੂੰ ਇਹ 5 ਦਰਿਆਵਾਂ ਦੇ ਪੰਜਾਬ ਦੇ ਵਿੱਚ ਉਹਨਾਂ ਦਾ ਰਾਜ ਜਿਹੜਾ ਸੀ ਉਹ ਦੱਖਣ 'ਚ ਮੁਲਤਾਨ ਤੱਕ ਸੀ, ਉੱਤਰ 'ਚ ਕਸ਼ਮੀਰ ਤੱਕ ਸੀ, ਅਤੇ ਨੌਰਥ ਵੈਸਟ ਫਰੰਟੀਅਰ ਜਿਹੜਾ ਵਾ ਉੱਥੇ ਨੌਰਥ ਵੈਸਟ ਫਰੰਟੀਅਰ 'ਚ ਪਸ਼ਾਵਰ ਤੋਂ ਅੱਗੇ ਜਿਹੜਾ ਖਾਈਬਰ ਪਾਸ ਆ, ਉਹ ਖਾਈਬਰ ਪਾਸ ਅਤੇ ਕਾਬੁਲ ਤੱਕ, ਕਾਬੁਲ ਨੂੰ ਵੀ ਛੂੰਹਦਾ ਸੀ ਇਹ ਰਾਜ। ਉਹਨਾਂ ਦੇ ਕੁਛ ਜਰਨੈਲ ਲੇਹ ਲੱਦਾਖ ਤੋਂ ਅੱਗੇ ਵੀ ਪਹੁੰਚ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿਰਫ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਨਹੀਂ ਜਾਣਿਆ ਜਾਂਦਾ, ਉਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਮਾਨਤਾ ਅਤੇ ਸ਼ਰਤ ਦਿੱਤੀ ਜਾਂਦੀ ਸੀ,
ਸ਼ੌਹਰਤ ਪ੍ਰਾਪਤ ਸੀ। ਕੁਝ ਜਰਨੈਲ ਫਰਾਂਸ, ਇਟਲੀ ਅਤੇ ਹੋਰ ਵਰਗੇ ਮੁਲਕਾਂ ਤੋਂ ਵੀ ਇੱਥੇ ਆਏ ਸਨ, ਇੱਥੇ ਉੱਚੀਆਂ ਪਦਵੀਆਂ 'ਤੇ ਉਸ ਵੇਲੇ ਬਿਰਾਜਮਾਨ ਸਨ। ਉਹਨਾਂ ਦੇ ਅਧਿਕਾਰੀਆਂ ਦੇ ਵਿੱਚ ਸ਼ਾਮਲ ਸਨ ਫਕੀਰ ਅਜ਼ੀਜ਼ੁਦੀਨ ਅਤੇ ਦੀਵਾਨ ਮੋਤੀ ਰਾਮ, ਇਹੋ ਜਿਹੇ ਵਰਗੇ ਲੋਕ ਸੀ ਉਹਨਾਂ ਜਿਹੜੇ ਬੜੇ ਉੱਚੇ ਪਦਵੀਆਂ 'ਤੇ ਬਿਰਾਜਮਾਨ ਸਨ। ਕੁਝ ਡੋਗਰਾ ਦੇ ਜਰਨੈਲ ਔਰ ਹੋਰ ਪ੍ਰਬੰਧਕ ਵੀ ਉਸ ਵੇਲੇ ਉਹਨਾਂ ਦੇ ਰਾਜ ਦੇ ਵਿੱਚ ਸਨ। ਭਾਵੇਂ ਉਹ ਸਾਰੇ ਦਰਬਾਰ 'ਚ ਜਿੰਨੇ ਬੰਦੇ ਉੱਥੇ ਸੀਗੇ ਉਹ ਸਾਰੇ ਦਰਬਾਰ ਦੇ ਵਿੱਚ ਪਗੜੀ ਪਾ ਕੇ ਆਉਂਦੇ ਸਨ, ਪਰ ਕਿਸੇ ਨਾਲ ਧਰਮ ਕਰਕੇ ਵਿਤਕਰਾ ਮਹਿਸੂਸ ਕਿਸੇ ਨੂੰ ਨਹੀਂ ਸੀ ਹੁੰਦਾ, ਕਿਸੇ ਨਾਲ ਧਰਮ ਦਾ ਵਿਤਕਰਾ ਨਹੀਂ ਸੀ ਹੁੰਦਾ। ਫੌਜੀ ਜਰਨੈਲਾਂ ਨੂੰ ਖਾਸ ਹਦਾਇਤ ਸੀ ਕਿ ਜਿੱਤ ਉਪਰੰਤ ਉਹ ਕਿਸੇ ਮੰਦਰ ਜਾਂ ਮਸਜਿਦ, ਕਿਉਂਕਿ ਬਹੁਤ ਸਾਰੇ ਉਦੋਂ ਮੁਸਲਿਮ ਏਰੀਆ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਸੀ, ਵੀ ਉਹ ਕਿਸੇ ਵੀ ਮਸਜਿਦ ਨੂੰ ਨਹੀਂ ਢਾਉਣਗੇ, ਕਿਉਂਕਿ ਬਹੁਤ ਸਾਰੇ ਲੋਕ ਆਪਣੇ ਇਸ ਇਲਾਕੇ 'ਚ ਇੱਥੇ ਹੋਣਾ ਪੈ ਰਹੇ ਆ, ਇੱਥੇ ਬਹੁਤ ਸਾਰੇ ਲੋਕ ਹਿੰਦੂ ਧਰਮ ਨੂੰ ਮੰਨਦੇ ਸੀ। ਉਹਨਾਂ ਦੇ ਜਜ਼ਬਾਤਾਂ ਨੂੰ ਖਿਆਲ ਕਰਕੇ ਗਊ ਹੱਤਿਆ 'ਤੇ ਉਸ ਵੇਲੇ ਰਾਜ ਦੇ ਵਿੱਚ ਮਨਾਈ ਸੀ, ਕਿਉਂਕਿ ਉਹ ਆਪ ਸਿੱਖ ਧਰਮ ਤੋਂ ਸਨ, ਰੋਜ਼ ਉਹ ਪਾਠ ਸੁਣਦੇ ਸਨ ਅਤੇ ਉਹਨਾਂ ਦੇ ਵੇਲੇ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੀ ਬਹੁਤ ਸੇਵਾ ਸੰਭਾਲ ਹੋਈ, ਜਿਹੜੀ ਹੁਣ ਵੀ ਹਰਿਮੰਦਰ ਸਾਹਿਬ 'ਚ ਇਸ ਵੇਲੇ ਤੁਸੀਂ ਹਰਿਮੰਦਰ ਸਾਹਿਬ ਜਾਓ ਅਤੇ ਉੱਥੇ ਸਾਰੇ ਪਾਸੇ ਡੈਕੋਰੇਟਿਵ ਬਿਲਡਿੰਗ ਦਿਸਦੀ ਤੁਹਾਨੂੰ, ਡੈਕੋਰੇਟਿਵ ਬਿਲਡਿੰਗ ਅਤੇ ਮਾਰਬਲ ਵਰਕ ਹੋਇਆ ਬਹੁਤ ਸਾਰੇ ਥਾਵਾਂ 'ਤੇ, ਇਹ ਉਹਨਾਂ ਦੇ ਸਮੇਂ ਦਾ ਹੋਇਆ ਹੋਇਆ ਹੈ। ਇਹ ਵੀ ਸੁਣਿਆ ਹੈ ਕਿ ਉਸ ਵੇਲੇ ਅਮਨ ਸ਼ਾਂਤੀ ਸੀ, ਸ਼ਾਇਦ ਬਹੁਤ ਲੋਕਾਂ ਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਉਸ ਵੇਲੇ ਕਿਸੇ ਵੀ ਗੁਨਾਹ ਕਰਕੇ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਕਹਿੰਦੇ ਨੇ ਕਿ ਉਸ ਵੇਲੇ ਇੱਕ ਅਕਾਲੀ, ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿੰਦੇ ਸੀਗੇ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਾਨਲੇਵਾ ਹਮਲਾ ਵੀ ਕੀਤਾ, ਪਰ ਉਸਨੂੰ ਵੀ ਮੌਤ ਦੇ ਘਾਟ ਨਹੀਂ ਉਤਾਰਿਆ ਗਿਆ। ਕੀ ਪੰਜਾਬ ਅਤੇ ਭਾਰਤੀ ਸਰਕਾਰ ਨੇ ਉਹਨਾਂ ਨੂੰ ਬਤੌਰ ਰੂਲਰ ਸਹੀ ਮਾਨਤਾ ਦਿੱਤੀ ਹੈ? ਮੈਨੂੰ ਯਾਦ ਹੈ 1966 'ਚ ਉਹਨਾਂ ਦੇ ਨਾਂ 'ਤੇ ਇੱਕ ਡਾਕ ਟਿਕਟ ਤਾਂ ਜ਼ਰੂਰ ਜਾਰੀ ਕੀਤੀ ਗਈ ਸੀ, ਪਰ ਕੀ ਇਹ 50 ਸਾਲ ਦੇ ਰਾਜ ਦੀ ਬੁਕਤ ਇੱਕ ਡਾਕ ਟਿਕਟ ਹੀ ਹੈ? ਇਸ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਇਨਫੈਕਟ ਮੈਨੂੰ ਪਤਾ ਵਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਵੀ ਕਹਿੰਦੇ ਸੁਣੇ ਗਏ ਆ, ਖਾਸ ਕਰਕੇ ਅਕਾਲੀ ਲੀਡਰ, ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜਿਹੜਾ ਵਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਜਿਹੜਾ ਵਾ ਉਹ ਲਿਆਂਦਾ। ਸੋ ਇਸ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਮੈਨੂੰ ਯਾਦ ਆ ਉਸ ਵੇਲੇ ਦੇ ਮਸ਼ਹੂਰ ਇਤਿਹਾਸਿਕਕਾਰ, ਕਵੀ ਵੀ ਉਹਨਾਂ ਨੂੰ ਮੰਨਦੇ ਆ, ਲੇਕਿਨ ਮੇਰੇ ਖਿਆਲ ਕਵੀ ਤੋਂ ਕਿਤੇ ਜ਼ਿਆਦਾ ਸਨ, ਉਸ ਵੇਲੇ ਦੇ ਮਸ਼ਹੂਰ ਇਤਿਹਾਸਿਕਕਾਰ ਸ਼ਾਹ ਮੁਹੰਮਦ ਨੇ ਲਿਖਿਆ ਸੀ। ਮੈਂ ਉਹਨਾਂ ਦੀਆਂ ਕੁਝ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਚਾਹੁੰਦਾ। ਉਹਨਾਂ ਨੇ ਲਿਖਿਆ ਸੀ, ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮਹਾਰਾਜਾ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ, ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ। ਤਿੱਬਤ ਦੇਸ਼ ਲੱਦਾਖ ਅਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ, ਹੱਛਾ ਰੱਜ ਕੇ ਰਾਜ ਕਮਾਏ ਗਿਆ। ਬਹੁਤ ਖੂਬ, ਸ਼ਾਹ ਮੁਹੰਮਦ ਉਸ ਵੇਲੇ ਉਹਨਾਂ ਦੇ ਰਾਜ ਦੇ ਵਿੱਚ ਇੱਕ ਇਤਿਹਾਸਿਕਕਾਰ ਸਨ, ਕਵੀ ਸਨ, ਔਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਰਾਜ ਤੋਂ ਬਾਅਦ ਜਿਹੜਾ ਜੋ ਕੁਝ ਹੋਇਆ ਉਹਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਲਿਖਿਆ ਵਾ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਮਾਫ਼ ਕਰਨਾ ਤੁਹਾਨੂੰ ਮੈਂ ਹੋਲਡ ਕਰਾ ਰਿਹਾ, ਕਾਫੀ ਦੇਰ ਤੋਂ ਹੋਲਡ ਕਰਾਇਆ ਵਾ, ਦੇਖਦੇ ਹਾਂ
ਤੁਹਾਡੇ ਕੀ ਵਿਚਾਰ ਨੇ, ਉਹ ਸਾਰੇ ਵਿਚਾਰ ਜਿਹੜੇ ਆ ਸਾਂਝੇ ਨਾ ਬਾਕੀ ਸੱਜਣਾਂ ਨਾਲ ਸਾਂਝੇ ਕਰਦੇ ਹਾਂ। ਹੈਲੋ, ਹੈਲੋ ਜੀ। ਹਾਂਜੀ ਹਾਂਜੀ ਸੰਧੂ ਸਾਹਿਬ, ਮੈਂ ਕਸ਼ਮੀਰਾ ਸਿੰਘ ਝੁੱਟੀ ਯੁਵਾ ਸਿਟੀ ਤੋਂ ਬੋਲਦਾ ਪਿਆ। ਹਾਂਜੀ ਹਾਂਜੀ ਭਾਈ ਜਾਨ। ਹਾਂਜੀ ਹਾਂ ਸੰਧੂ ਸਾਹਿਬ, ਗੱਲ ਇਸ ਤਰ੍ਹਾਂ ਆ ਜੀ, ਥੋੜੀ ਜਿਹੀ ਮੈਂ ਗੱਲ ਕਰਨੀ ਆ ਜੀ। ਜਿੱਥੇ ਕਹਿੰਦੇ ਹੁੰਦੇ ਇੱਕ ਪਾਸੇ ਟੈਂਟ ਹੈ ਤੇ ਇੱਕ ਪਾਸੇ ਰਾਮ ਰਾਮ, ਹਾਂਜੀ, ਤੇ ਪਹਿਲੇ ਤਾਂ ਮਨਜੀਤ ਸਿੰਘ ਦਾ ਮੁਕਾਬਲਾ ਇਸ ਵੇਲੇ ਗੌਰਮੈਂਟ ਨਾਲ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜੀ। ਤੇ ਉਹ ਤਾਂ ਬੜੇ ਹਰਮਨ ਪਿਆਰੇ ਸੀਗੇ, ਤਾਂ ਲੋਕਾਂ ਦਾ ਭਲਾ ਸਾਰੇ ਪਾਸੇ ਚਾਹੁੰਦੇ ਸੀ, ਤੇ ਜੇ ਉਹ ਕੋਈ ਗਲਤੀ ਕਰਦੇ ਸੀ ਉਹ ਗਲਤੀ ਮੰਨ ਵੀ ਜਾਂਦੇ ਸੀਗੇ। ਤੇ ਜਿਸ ਤਰ੍ਹਾਂ ਜਥੇਦਾਰ ਸਾਹਿਬ ਦੀ ਬੜੀ ਕੀਮਤ ਪਾਉਂਦੇ ਸੀਗੇ, ਤੇ ਕਹਿੰਦੇ ਸੀ ਬਈ ਉਹਨਾਂ ਨੂੰ ਇੱਕ ਵਾਰੀ ਥੰਮਣਾ ਵੀ ਬੰਦ ਦਿੱਤਾ ਸੀ ਜਥੇ ਸਾਹਿਬ ਨੇ, ਉਹਨਾਂ ਦੇ ਕੋਟਲੇ ਲਾਏ ਸੀ ਜੀ ਜੀ। ਤੇ ਹੁਣ ਤਾਂ ਟਾਈਮ ਉਲਟ ਹੋ ਗਿਆ, ਅੱਜ ਕੱਲ ਦੇ ਤਾਂ ਰਾਜਕਰਨ ਵਾਲੇ ਜਥੇਦਾਰ ਸਾਹਿਬ ਨੂੰ ਥੰਮਣਾ ਬੰਨੀ ਬੈਠੇ ਆ, ਜੋ ਚਾਹੁੰਦੇ ਉਹਨਾਂ ਤੋਂ ਕਰਾਈ ਜਾਂਦੇ ਆ। ਪਰ ਲੇਕਿਨ ਜੇ ਤੁਸੀਂ ਅਕਾਲੀ ਵਰਕਰਾਂ ਨਾਲ ਗੱਲ ਕਰੋ ਤੇ ਉਹ ਇੱਕ ਵੱਖਰੀ ਗੱਲ ਕਹਿੰਦੇ ਆ। ਉਹ ਕਹਿੰਦੇ ਆ ਵੀ ਉਸ ਵੇਲੇ ਵੀ ਸਾਰੇ ਧਰਮਾਂ ਨੂੰ ਬਰਾਬਰ ਮਾਨਤਾ ਪ੍ਰਾਪਤ ਸੀ ਜਿਵੇਂ ਇਸ ਵੇਲੇ ਮਿਲਦੀ ਆ ਪ੍ਰਾਪਤ। ਇਹ ਵੀ ਕਹਿੰਦੇ ਆ ਕਿ ਅਮਨ ਸ਼ਾਂਤੀ ਉਸ ਵੇਲੇ ਵੀ ਸੀ ਤੇ ਹੁਣ ਵੀ ਅਮਨ ਸ਼ਾਂਤੀ ਹੈ ਪੂਰੇ ਰਾਜ ਦੇ ਵਿੱਚ। ਇਸ ਕਰਕੇ ਕਿਸੇ ਹੱਦ ਤੱਕ ਇਹ ਦੋਵਾਂ ਰਾਜਾਂ ਦੇ ਵਿੱਚ ਡੈਫੀਨੇਟਲੀ ਇੱਕ ਸਮਾਨਤਾ ਜ਼ਰੂਰ ਹੈ। ਵੈਸੇ ਤਾਂ ਉਹ ਰਾਜ ਜਿਹੜਾ ਮੈਂ ਹੁਣੇ ਜਿਵੇਂ ਦੱਸ ਕੇ ਹਟਿਆ ਵੀ ਬੜਾ ਲੰਬਾ ਚੌੜਾ ਰਾਜ ਸੀ, ਹੁਣ ਅਸੀਂ ਇੱਕ ਛੋਟੇ ਜਿਹੇ ਆਪਣੇ ਆਪ ਨੂੰ ਦਾਇਰੇ ਦੇ ਵਿੱਚ ਬੰਨ ਲਿਆ ਵਾ। ਸੋ ਇਸ ਕਰਕੇ ਇਹ ਵੀ ਕੰਪੈਰੀਜ਼ਨ ਜਿਹੜੀ ਆ ਕੁਝ ਲੋਕ ਫੀਲ ਕਰਦੇ ਆ ਕਿ ਸਮਾਨਤਾ ਬਣਦੀ ਨਹੀਂ। ਇੱਕ ਹੋਰ ਸੱਜਣ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਬਲ ਸਾਹਿਬ ਬੋਲ ਰਹੇ? ਹਾਂਜੀ 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 ਬਲ ਸਾਹਿਬ। ਮਹਾਰਾਜ ਇੱਕ ਇਹਨਾਂ ਦਾ ਜਰਨੈਲ ਹੋਇਆ ਜੋਰਾਵਰ ਸਿੰਘ, ਹਾਂਜੀ ਹਾਂਜੀ, ਉਹਦੇ ਬਾਰੇ ਚਾਨਣਾ ਹੈਗਾ ਤੇ ਪਾਓਗੇ? ਆਪਣੇ ਜ਼ੋਰਾਵਰ ਸਿੰਘ ਉਹੀ ਆ ਜਿਹੜੇ ਕਸ਼ਮੀਰ ਤੇ ਉਹ ਤੋਂ ਅੱਗੇ ਲਦਾਖ ਤੇ ਲੇਹ ਲਦਾਖ ਤੱਕ ਪਹੁੰਚ ਗਏ ਸਨ, ਉਹਨਾਂ ਦੀ ਗੱਲ ਕਰ ਰਹੇ? ਹਾਂਜੀ ਹਾਂਜੀ ਹਾਂਜੀ, ਧੰਨਵਾਦ ਤੁਹਾਡਾ ਜੀ। ਉਹਨਾਂ ਨੇ ਕਮਾਲ ਕਰਤਾ ਜੀ, ਲੇਹ ਲਦਾਖ ਚੀਨ ਤੱਕ ਪਹੁੰਚ ਗਏ ਸੀਗੇ, ਪਰ ਉਹਦੀ ਇੱਕੋ ਹੀ ਦਿੱਕਤ ਹੋ ਗਈ ਕਿ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਟ੍ਰੈਚ ਕਰ ਲਿਆ ਉਹਨਾਂ ਨੇ, ਬਹੁਤ ਜ਼ਿਆਦਾ ਆਪਣੇ ਆਪ ਨੂੰ ਸਟ੍ਰੈਚ ਕਰ ਲਿਆ, ਕਿਉਂਕਿ ਪਿੱਛੋਂ ਫੌਜਾਂ ਹੋਰ ਸਮਾਨ ਜਿਹੜਾ ਸੀ ਉਦੋਂ ਤੱਕ ਪਹੁੰਚ ਨਹੀਂ ਸੀ ਸਕਦਾ, ਕਿਉਂਕਿ ਤੁਸੀਂ ਜੇ ਲੇਹ ਲਦਾਖ ਗਏ ਜੇ ਬਹੁਤ ਔਖਾ ਇਲਾਕਾ ਵਾ, ਇਨਫੈਕਟ ਇੱਥੋਂ ਹਜ਼ਾਰਾਂ ਮੀਲ ਦੂਰ ਪੈ ਜਾਂਦਾ ਔਰ ਬੜੀਆਂ ਔਖੀਆਂ ਪਹਾੜੀਆਂ ਵਾ। ਲੇਹ ਦੀ ਹਾਈਟ ਜਿਹੜੀ ਆ ਉਹ ਆਲਮੋਸਟ 12-13 ਹਜ਼ਾਰ ਆ, ਔਰ ਲੇਹ ਦੇ ਨੇੜੇ ਤੇੜੇ ਦੀਆਂ ਜਿਹੜੀਆਂ ਪਹਾੜੀਆਂ ਵਾ ਉਹ 16-17 ਹਜ਼ਾਰ ਤੱਕ ਨੇ, ਜੇ ਤੁਸੀਂ ਖਰਦੁੰਗਲਾ ਪਾਸ ਵਗੈਰਾ ਦੇ ਨਜ਼ਦੀਕ ਚਲੇ ਜਾਓ। ਸੋ ਉਸ ਇਲਾਕੇ ਤੱਕ ਪਹੁੰਚਣਾ ਪਹਿਲੀ ਗੱਲ ਬਹੁਤ ਮੁਸ਼ਕਲ ਹੈ, ਫਿਰ ਉੱਥੇ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ, ਔਰ ਜੇ ਤੁਸੀਂ ਉਸ ਇਲਾਕੇ 'ਚ ਐਕਲੈਮੇਟਾਈਜ਼ ਨਹੀਂ ਹੋਏ ਤਾਂ ਉੱਥੇ ਬਹੁਤੀ ਦੇਰ ਤੁਸੀਂ ਰਹਿ ਨਹੀਂ ਸਕਦੇ। ਸੋ ਜ਼ੋਰਾਵਰ ਸਿੰਘ ਪਹੁੰਚ ਤਾਂ ਉੱਥੇ ਗਏ, ਲੇਕਿਨ ਉੱਥੇ ਫਿਰ ਉਹਨਾਂ ਨੂੰ ਲਗਾਤਾਰ ਮੁਸ਼ਕਲਾਂ ਜਿਹੜੀਆਂ ਵਾ ਉਹਨਾਂ ਦਾ ਸਾਹਮਣਾ ਕਰਨਾ ਪਿਆ, ਔਰ ਉਸ ਵੇਲੇ ਜਦੋਂ ਉਹ ਉੱਥੇ ਪਹੁੰਚੇ ਉਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸਨ ਉਹ ਕਾਫੀ ਖਰਾਬ ਹੋ ਗਏ ਸਨ, ਇਸ ਕਰਕੇ ਉਹਨਾਂ ਨੂੰ ਜਿਹੜੀ ਮਦਦ ਸੀ ਉਹ ਪ੍ਰੋਪਰਲੀ ਪਹੁੰਚ ਨਹੀਂ ਸਕੀ, ਔਰ ਸਹੀ ਹਦਾਇਤਾਂ ਵੀ, ਕਿਉਂਕਿ ਉਦੋਂ ਟੈਲੀਫੋਨ ਵਗੈਰਾ ਤਾਂ ਹੁੰਦੇ ਨਹੀਂ ਸੀਗੇ, ਸਹੀ ਹਦਾਇਤਾਂ ਵੀ ਇੱਥੋਂ ਪਹੁੰਚ ਨਹੀਂ ਸਕੀਆਂ। ਸੋ ਇਸ ਕਰਕੇ ਪਹੁੰਚ ਤਾਂ ਜ਼ਰੂਰ ਗਏ, ਪਰ ਬਹੁਤੀ ਦੇਰ ਤੱਕ ਉਹ ਉੱਥੇ ਹੋਲਡ ਨਹੀਂ ਕਰ ਸਕੇ, ਉਸ ਏਰੀਏ 'ਚ ਰਹਿ ਨਹੀਂ ਸਕੇ। ਬਲ ਸਾਹਿਬ ਕੁਛ ਹੋਰ ਵੀ ਕਹਿਣਾ ਚਾਹੁੰਦੇ ਜੇ? ਹਾਂਜੀ ਹਾਂਜੀ ਹਾਂਜੀ, ਮੈਂ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਦਾ, ਤੁਸੀਂ ਬਹੁਤ ਵਿਸਤਾਰ ਨਾਲ ਚਾਨਣਾ ਪਾਤਾ ਜੀ, ਧੰਨਵਾਦ ਤੁਹਾਡਾ। ਤੇ ਦੋਨਾਂ ਇਹ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ, 1962 'ਚ ਜਿਹੜਾ ਚੀਨ ਨੇ ਇਲਾਕਾ ਜਿੱਤਿਆ ਹੋਇਆ ਨਾ ਜੀ, ਜੀ
ਇਸ ਇਲਾਕੇ ਚੋਂ ਤਿੱਬਤ ਸਾਈਡ ਤੋਂ ਤੇ ਉਧਰੋਂ ਪਹਾੜੀ ਇਲਾਕਾ ਜਿੱਥੇ ਉਹਨਾਂ ਦਾ ਅੱਜ ਵੀ ਕਬਜ਼ਾ, ਤੇ ਜਦੋਂ ਵਿਦੇਸ਼ ਮੰਤਰੀ ਸੀਗੀ ਆਪਣੇ ਵਾਜਪਾਈ ਸਾਹਿਬ ਜੀ, ਉਹਨਾਂ ਕਿਹਾ ਵੀ ਸਾਡਾ ਇਹ ਇਲਾਕਾ ਛੱਡ ਦੋ, ਇਹ ਸਾਡਾ ਇਲਾਕਾ ਵਾ ਹਿੰਦੁਸਤਾਨ ਦਾ ਜੀ ਜੀ, ਤੇ ਉਹ ਉਹਨਾਂ ਗਾੜੀਆਂ ਚਾਈਨਾ ਵਾਲੇ ਇਹ ਜਵਾਬ ਦਿੱਤਾ ਵੀ ਇਹ ਹਿੰਦੁਸਤਾਨ ਦਾ ਇਲਾਕਾ ਨੀ, ਇਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਇਲਾਕਾ ਵਾ ਜੀ ਜੀ ਬਿਲਕੁਲ। ਉਸ ਵੇਲੇ ਉਸ ਇਲਾਕੇ ਤੱਕ ਜ਼ੋਰਾਵਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ ਉਹ ਉੱਥੇ ਜ਼ਰੂਰ ਪਹੁੰਚੇ ਸਨ, ਇਹ 'ਚ ਕੋਈ ਸ਼ੱਕ ਨਹੀਂ। ਇਨਫੈਕਟ ਬਲ ਸਾਹਿਬ ਬੜੀ ਮਿਹਰਬਾਨੀ ਕਿ ਤੁਸੀਂ ਇਸ ਗੱਲ ਵੱਲ ਸਾਡਾ ਧਿਆਨ ਲਿਆਂਦਾ। ਇੱਕ ਹੋਰ ਸੱਜਣ ਸਾਡੇ ਨਾਲ ਨੇ ਇਸ ਵੇਲੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਕੇਸਰ ਬੋਲ ਰਿਹਾ ਜੀ। ਹਾਂਜੀ ਭਾਈ ਸਾਹਿਬ, ਦੱਸੋ ਕੀ ਵਿਚਾਰ ਹੈ ਤੁਹਾਡਾ। ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਵੀ ਵਰਤਮਾਨ ਇਸ ਟਾਈਮ ਨਾਲ ਨਹੀਂ ਕੀਤੀ ਜਾ ਸਕਦੀ ਜੀ। ਉਹਨਾਂ ਦਾ ਜਿਹੜਾ ਨਜ਼ਰੀਆ ਸੀ, ਜਿਹੜਾ ਉਹਨਾਂ ਦੀ ਸੇਵਾ ਸੀ, ਜਿਹੜਾ ਉਹਨਾਂ ਦਾ ਤਿਆਗ ਸੀ, ਜਿਹੜਾ ਉਹਨਾਂ ਨੇ ਕੁਛ ਕੀਤਾ, ਉਹਦਾ ਮੁਕਾਬਲਾ ਕੋਈ ਨਹੀਂ ਹੈ ਜੀ। ਉਹ ਤੇ ਗਰੀਬ ਆਦਮੀਆਂ ਦੇ ਆਪਣੇ ਭੇਸ ਬਦਲ ਕੇ ਰਾਤ ਨੂੰ ਨਿਕਲ ਕੇ ਦੇਖਦੇ ਸੀ ਕਿ ਮੇਰੇ ਦੇਸ਼ ਦੇ ਅੰਦਰ ਕੋਈ ਦੁਖੀ ਤੇ ਨਹੀਂ ਹੈਗਾ। ਉਹ ਆਪਣਾ ਚਿਹਰਾ ਬਦਲ ਕੇ ਔਰ ਪੁੱਛਦੇ ਸੀ ਹਰ ਆਦਮੀ ਨੂੰ, ਤੈਨੂੰ ਕੀ ਤਕਲੀਫ ਹੈ, ਕੀ ਗੱਲ ਬਾਤ ਹੈ। ਅੱਜ ਕੱਲ ਤਾਂ ਲੋਕ ਘਰਾਂ ਚੋਂ ਨਹੀਂ ਨਿਕਲਦੇ, ਮਿਨਿਸਟਰਾਂ ਨੂੰ ਮਿਲਣਾ ਮੁਸ਼ਕਿਲ ਹੈ। ਮਹਾਰਾਜਾ ਰਣਜੀਤ ਸਿੰਘ ਤੇ ਖੁਦ ਨਿਕਲਦੇ ਸੀ ਔਰ ਦੇਖਦੇ ਸੀ ਆਪਣਾ ਜੀਵਨ ਜਾਂਦਾ ਹੈ। ਇੱਕ ਬੁੜੀਆ ਸੀ, ਉਹ ਆਟਾ ਲਿਜਾ ਰਹੀ ਸੀ, ਉਹ ਕੋਲ ਲਿਜਾਇਆ ਨਹੀਂ ਜਾ ਰਿਹਾ ਸੀ, ਦੁਖੀ ਸੀ। ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਰ ਦੇ ਉੱਤੇ ਚੁੱਕ ਕੇ ਉਹਦੇ ਘਰ ਜਾ ਕੇ ਬਚਾਇਆ ਔਰ ਦੱਸਿਆ ਤੂੰ ਕੌਣ ਹੈ, ਤੇ ਕਹਿਣ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦਾ। ਇਸ ਕਰਕੇ ਕਹਿਣ ਦਾ ਭਾਵ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਦੀ ਸਰਕਾਰ, ਅੱਜ ਦੇ ਬੰਦਿਆਂ ਨਾਲ ਉਹਨਾਂ 'ਚ ਕੋਈ ਭਿੰਨ ਭਾਦ ਨਹੀਂ ਸੀ, ਔਰ ਜੋ ਉਹਨਾਂ ਨੇ ਦੇਸ਼ ਵਾਸਤੇ ਕੀਤਾ, ਇਸ ਹਿੰਦੁਸਤਾਨ ਨੂੰ ਦਿੱਤਾ, ਕੋਈ ਨਾ ਦੇ ਸਕਦਾ ਨਾ ਦੇਗਾ। ਇਸ ਕਰਕੇ ਹੁਣ ਵਰਤਮਾਨ ਨਾਲ ਅਸਾਂ ਹੁਣ ਤੁਲਨਾ ਕਰੀਏ ਕਿ ਉਹ ਸਰਕਾਰਾਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਵਰਗੀਆਂ ਚੱਲ ਰਹੀਆਂ ਜਾਂ ਹੋ ਰਹੀਆਂ, ਤੇ ਇਹ ਗੱਲ ਬਹੁਤ ਮੁਸ਼ਕਿਲ ਮੰਨਣ ਵਾਲੀ ਹੈ। ਬਸ ਇਹੋ ਹੀ ਸਾਡਾ ਜਿਹੜਾ ਸੰਦੇਸ਼ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਥਾਨ ਬਹੁਤ ਉੱਚਾ ਸਥਾਨ। ਮਿਹਰਬਾਨੀ, ਬਹੁਤ ਮਿਹਰਬਾਨੀ। ਮੈਂ ਇਹ ਗੱਲ ਇਸ ਕਰਕੇ ਕੀਤੀ ਹੈ, ਮੈਨੂੰ ਯਾਦ ਹੈ 2 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਸ਼ਤਾਬਦੀ ਦੇ ਇੱਕ ਫੰਕਸ਼ਨ ਦੌਰਾਨ, 2013 ਦਾ ਫੰਕਸ਼ਨ ਸੀਗਾ, ਉਸ ਫੰਕਸ਼ਨ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਵੀ, ਉਹਨਾਂ ਆਪਣੇ ਤੁਲਨਾ ਨਹੀਂ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਐਵੇਂ ਸੱਚੀ ਗੱਲ ਆਪਾਂ ਕਹੀਏ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗੂ ਕੋਸ਼ਿਸ਼ ਕਰਦੀ ਆ, ਉਸ ਤਰ੍ਹਾਂ ਦਾ ਨਿਆਂ ਦੇਣ ਦੀ ਕੋਸ਼ਿਸ਼ ਕਰਦੀ ਆ। ਉਹਨਾਂ ਕਿਹਾ ਸੀ ਕਿ ਹੁਣ ਵੀ ਉਹਨਾਂ ਦੀ ਕੋਸ਼ਿਸ਼ ਆ ਕਿ ਸਾਰੇ ਧਰਮਾਂ ਨੂੰ ਬਰਾਬਰੀ ਮਿਲੇ ਅਤੇ ਇਸੇ ਤਰ੍ਹਾਂ ਦਾ ਇਨਸਾਫ ਦੇਣ ਦੀ ਕੋਸ਼ਿਸ਼ ਹੈ ਜਿਹੜੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਿਲਦਾ ਸੀਗਾ। ਇਨਫੈਕਟ ਇਹ ਗੱਲ ਜਿਹੜੀ ਆ ਕਾਫੀ ਦੇਰ, ਕਾਫੀ ਲੋਕ ਜਿਹੜੇ ਆ ਇਹਦੇ ਬਾਰੇ ਵਿਚਾਰ ਚਰਚਾ ਉਦੋਂ ਵੀ ਹੋਈ ਸੀ ਅਤੇ ਹੁਣ ਵੀ ਇਹਦੇ ਬਾਰੇ ਵਿਚਾਰ ਚਰਚਾ ਜਿਹੜੀ ਆ ਉਹ ਕਰਦੇ ਰਹਿੰਦੇ ਆ। ਮਹਾਰਾਜਾ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਵੇਲੇ ਲੋਕ ਸ਼ੇਰੇ ਪੰਜਾਬ ਅਤੇ ਸਰਕਾਰੇ ਖਾਲਸਾ ਵਜੋਂ ਵੀ ਪੁਕਾਰਦੇ ਸਨ। ਉਹ ਸਰਕਾਰੇ, ਉਸ ਵੇਲੇ ਜਿਹੜੀ ਸਰਕਾਰ ਸੀ ਉਹਨੂੰ ਸਰਕਾਰੇ ਖਾਲਸਾ ਵਜੋਂ ਵੀ ਜਾਣਿਆ ਜਾਂਦਾ ਸੀ। ਵੈਸੇ ਉਸ ਵੇਲੇ ਸਾਰੇ ਧਰਮਾਂ ਦਾ ਪ੍ਰੋਪਰ ਸਤਿਕਾਰ ਸੀਗਾ। ਪ੍ਰਕਾਸ਼ ਸਿੰਘ ਬਾਦਲ, ਬਿਲਕੁਲ ਠੀਕ ਹੈ ਗੱਲ ਕਿ ਆਪਾਂ ਉਹਨਾਂ ਦੀ ਤੁਲਨਾ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਵੀ ਇੱਕ ਬਹੁਤ ਵੱਡਾ ਖਿਤਾਬ ਦਿੱਤਾ ਗਿਆ ਵਾ, ਫਕਰੇ ਕੌਮ। 2 ਸਾਲ ਪਹਿਲਾਂ ਉਹਨਾਂ ਨੂੰ ਫਕਰੇ ਕੌਮ ਵਜੋਂ ਨਿਵਾਜਿਆ ਗਿਆ ਸੀਗਾ। ਸੋ ਇਸ ਕਰਕੇ ਇਹ ਤੁਲਨਾ ਜਿਹੜੀ ਆ ਇਹ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਇਹਦੇ ਬਾਰੇ ਅਸੀਂ ਤੁਹਾਡੇ ਵਿਚਾਰ ਵੀ ਜ਼ਰੂਰ ਸਾਂਝੇ ਕਰਨਾ ਚਾਹੁੰਦੇ। ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਉਹਨਾਂ ਦਾ ਕੀ ਪ੍ਰਸਤਾਵ ਆ। ਹੈਲੋ, ਹੈਲੋ, ਹਾਂਜੀ ਹਾਂਜੀ,
ਸੰਧੂ ਸਾਹਿਬ ਸਤਿ ਸ੍ਰੀ ਅਕਾਲ, ਮੈਂ ਰਿਸ਼ਪਾਲ ਸਿੰਘ ਬੋਲਦਾ USA ਮਿਸ਼ੀਗਨ ਤੋਂ। ਹਾਂਜੀ ਰਿਸ਼ਪਾਲ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਤੇ ਬੜੀ ਇਮਾਨਦਾਰੀ ਨਾਲ ਨਾ ਆਪਾਂ ਤੁਲਨਾ ਕਰ ਸਕਦੇ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਜੀ। ਦੇਖੋ, ਇੱਕ ਦੇਖਣ ਵਾਲੀ ਅੱਖ ਚਾਹੀਦੀ ਆ ਬੰਦੇ ਦੀ ਵੀ। ਉਦੋਂ ਮਹਾਰਾਜਾ ਸਾਹਿਬ ਨੇ ਇੱਕ ਬੰਦੇ ਨੂੰ ਸਿਰ ਤੇ ਚੱਕ ਕੇ ਕਣਕ ਗਲੇ ਦੇ ਘਰ ਪਹੁੰਚਾਈ ਸੀ ਤਾਂ ਕਿੰਨਾ ਮਤਲਬ ਕ੍ਰੈਡਿਟ ਮਿਲਿਆ ਜੀ। ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਗਰੀਬ ਦੇ ਘਰ ਬਲਬ ਜਗਾ ਰਹੀ ਆ, ਉਹਨੂੰ ਬਿਜਲੀ ਦੀ ਰਾਹਤ ਦੇ ਰਹੀ ਆ, ਉਹਨੂੰ ਖਾਣ ਪੀਣ ਦੀ ਰਾਹਤ ਦੇ ਰਹੀ ਆ ਜੀ। ਹਰ ਮਸਲੇ ਦੇ ਉੱਤੇ ਕਿਸਾਨ ਦੇ ਨਾਲ ਖੜੀ ਆ, ਭਾਵੇਂ ਕਿ ਉਹਦੇ ਸਾਰਾ ਕੁਛ ਹੱਥ ਦੇ ਵਿੱਚ ਨਹੀਂ ਜੀ। ਇੱਥੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਦੇਖੋ ਨਾ, ਜੇ ਆਪਾਂ ਕਹਿੰਦੇ ਹਾਂ ਤੁਸੀਂ ਮਤਲਬ ਸ਼ਾਹ ਮੁਹੰਮਦ ਦੀ ਗੱਲ ਕੀਤੀ ਸੀ ਜੀ, ਉਹਨੇ ਉਦੋਂ ਕਿਹਾ ਸੀਗਾ ਵੀ ਸ਼ਾਹ ਮੁਹੰਮਦ ਦਾ ਹੋਵੇ ਸਰਕਾਰ ਜੇ ਮੁੱਲ ਪਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਜੀ। ਅੱਜ ਦੇ ਜ਼ਮਾਨੇ ਵਿੱਚ ਤੁਸੀਂ ਦੇਖੋ ਵੀ ਬਾਦਲ ਪੰਜਾਬ ਲਈ ਕੀ ਨਹੀਂ ਕਰ ਰਿਹਾ ਜੀ। ਕੀ ਇਮਾਨਦਾਰੀ ਨਾਲ ਸੋਚ ਕੇ ਆਪਾਂ ਕਹਿ ਨਹੀਂ ਸਕਦੇ ਕਿ ਕਿਸੇ ਹੱਦ ਤੱਕ ਤੁਲਨਾ ਕੀਤੀ ਜਾ ਸਕਦੀ ਆ। ਰਿਸ਼ਪਾਲ ਸਿੰਘ ਜੀ, ਦੋ ਤਿੰਨ ਗੱਲਾਂ ਵਾਂ। ਇੱਕ ਤਾਂ ਦੇਖੋ, ਉਸ ਵੇਲੇ ਉਹਨਾਂ ਦਾ ਕੋਸ਼ਿਸ਼ ਸੀ ਮਹਾਰਾਜਾ ਰਣਜੀਤ ਸਿੰਘ ਦੀ ਵੀ ਪੰਜਾਬ ਨੂੰ ਜਿੰਨਾ ਵੱਡਾ ਕਰ ਸਕੀਏ ਉਹਨਾਂ ਵੱਡਾ ਕਰੀਏ, ਕਿੱਥੋਂ ਤੱਕ ਆਪਣਾ ਉਹ ਰਾਜ ਲੈ ਗਏ ਸਨ। ਮੈਂ ਪ੍ਰਕਾਸ਼ ਸਿੰਘ ਬਾਦਲ ਸਿਰਫ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ, ਪਰ ਜੋ ਅਕਾਲੀ ਦਲ ਦੀ ਲਗਾਤਾਰ ਡਿਮਾਂਡਸ 1950-60 ਉਸ ਦਹਾਕੇ ਤੋਂ ਲੈ ਕੇ 70 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਜੇ ਵੇਖੀਏ ਤਾਂ ਪੰਜਾਬ ਛੋਟਾ ਹੁੰਦਾ ਤੁਰਿਆ ਗਿਆ ਵਾ। ਸੋ ਮਹਾਰਾਜਾ ਰਣਜੀਤ ਸਿੰਘ ਦੀ ਕੋਸ਼ਿਸ਼ ਸੀ ਪੰਜਾਬ ਨੂੰ ਵੱਡਾ ਕਰਨਾ, ਔਰ ਸਾਡੇ ਅਕਾਲੀ ਲੀਡਰਾਂ ਦੀ ਕੋਸ਼ਿਸ਼ ਆ ਵੀ ਪੰਜਾਬ ਨੂੰ ਹੋਰ ਛੋਟਾ ਕਰਦੇ ਰਹਿਣਾ। ਪੰਜਾਬੀ ਸੂਬਾ ਦੇ ਨਾਂ 'ਤੇ ਇਸ ਵੇਲੇ ਪੰਜਾਬ ਜਿਹੜਾ ਵਾ ਉਹ ਪੂਰਾ ਪੰਜਾਂ ਆਬਾਂ ਦਾ ਪੰਜਾਬ ਰਹਿ ਹੀ ਨਹੀਂ ਗਿਆ, ਪੰਜਾਂ ਦਰਿਆਵਾਂ ਦਾ ਪੰਜਾਬ ਰਹਿ ਹੀ ਨਹੀਂ ਗਿਆ, ਹੁਣ ਸਿਰਫ 2-2.5 ਦਰਿਆ ਵਾ ਇੱਥੇ। ਪਹਿਲੀ ਗੱਲ ਤਾਂ ਇਹ ਵਾ। ਦੂਸਰੀ ਗੱਲ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ, ਵੇਖੋ 200 ਸਾਲ ਪਹਿਲਾਂ ਦੀ ਗੱਲ ਸੀ, ਅੱਜ ਕੱਲ੍ਹ ਦੇ ਜ਼ਮਾਨੇ 'ਚ ਜਿਹੋ ਜਿਹੀਆਂ ਅਸੀਂ ਲੋਕਾਂ ਨੂੰ ਗੱਲਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਬੇਸਿਕਲੀ ਉਹਨਾਂ ਨੂੰ ਆਟਾ ਦਾਲ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਬਹੁਤ ਛੋਟੀਆਂ ਗੱਲਾਂ ਰਹਿ ਗਈਆਂ ਅੱਜ ਕੱਲ੍ਹ ਦੇ ਜ਼ਮਾਨੇ 'ਚ। ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਹਾਂ, ਇਹਦੇ ਬਾਰੇ ਵੀ ਮੇਰਾ, ਮੈਂ ਤੁਹਾਨੂੰ ਮਤਲਬ ਦੱਸਣਾ ਚਾਹੁੰਦਾ ਜੀ ਬਈ, ਖਾਲਸਾ ਰਾਜ ਦੀ ਜਿਹੜੀ ਆਖਰੀ ਲੜਾਈ ਸੀ ਨਾ ਜੀ, ਉਹ 3 ਜਰਨੈਲਾਂ ਦੇ ਸਿਰ ਤੇ ਲੜੀ ਗਈ ਸੀ, ਸ਼ਾਮ ਸਿੰਘ ਅਟਾਰੀ ਵਾਲੇ ਜੀ, ਤੇਜਾ ਸਿੰਘ, ਲਾਲ ਸਿੰਘ ਜੀ, ਹੈ ਤੇ ਜਰਨੈਲ, ਇੱਕ ਜਰਨੈਲ ਦੀ ਇਮਾਨਦਾਰੀ ਨੂੰ ਛੱਡ ਕੇ ਜਿਹੜੇ 2 ਜਰਨੈਲ ਨੇ ਨਾ, ਉਹ ਅੱਜ ਦੇ ਪੰਜਾਬੀ ਕੌਮ ਦੇ ਵਿੱਚ ਕਿੰਨੇ ਕੁ ਲਾਲ ਸਿੰਘ ਨੇ, ਕਿੰਨੇ ਕੁ ਤੇਜਾ ਸਿੰਘ ਨੇ, ਉਹਨਾਂ ਦੇ ਸਿਰ ਤੇ ਕੀ ਬਾਦਲ ਇਹ ਲੜਾਈ ਲੜ ਸਕਦਾ ਵੀ ਟੂ ਸਪੈਂਡ ਪੰਜਾਬ, ਵਟ ਐਵਰ ਹੀ ਇਜ਼ ਪ੍ਰੋਵਾਈਡਿੰਗ ਬਿਟਵੀਨ ਦਾ ਲਿਮਿਟਡ। ਠੀਕ ਹੈ, ਮੈਂ ਸਮਝ ਗਿਆ ਤੁਹਾਡਾ ਮਤਲਬ ਹੈ ਵੀ ਜਿੰਨਾ ਕੁ ਉਹਨਾਂ ਕੋਲ ਲਿਮਿਟਡ ਪਾਵਰ ਨੇ ਉਹ ਹਿਸਾਬ ਦੇ ਨਾਲ ਉਹ ਬੜਾ ਚੰਗਾ ਕਾਰਗੁਜ਼ਾਰੀ ਕਰ ਰਹੇ ਆ, ਪਰ ਫਿਰ ਵੀ ਅੱਜ ਕੱਲ੍ਹ ਦੇ ਲਾਲ ਸਿੰਘ ਅਤੇ ਤੇਜ ਸਿੰਘ ਜਿਹੜੇ ਆ, ਅਸੀਂ ਕੁਝ ਲੋਕਾਂ ਦੇ ਇਹੋ ਹੀ ਨਾਂ ਅੱਜ ਵੀ ਹੈ, ਉਹਨਾਂ ਦੇ ਅਸੀਂ ਜ਼ਿਕਰ ਨਹੀਂ ਕਰ ਰਹੇ। ਇਹ ਇੱਕ ਗੱਲ ਬਣ ਗਈ ਉਦੋਂ ਦੇ ਜਰਨੈਲਾਂ ਦੇ ਉੱਤੇ ਕਿ ਉਹ ਉਹਨਾਂ ਦੀ ਲੱਤ ਖਿੱਚਣ ਦੀ ਕੋਸ਼ਿਸ਼ ਕਰ ਰਿਹਾ, ਪਰ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਇੱਕ ਬੜਾ ਚੰਗਾ ਉਪਰਾਲਾ ਕਰ ਰਿਹਾ। ਇਹ ਰਿਸ਼ਪਾਲ ਸਿੰਘ ਹੁਣਾਂ ਦਾ ਵਿਊ ਆ, ਦੇਖਦੇ ਹਾਂ ਬਾਕੀ ਸੱਜਣਾਂ ਦਾ ਇਸ ਬਾਰੇ ਕੀ ਵਿਚਾਰ ਹੈ। ਇੱਕ ਹੋਰ ਅਸੀਂ ਵਿਚਾਰ ਸੁਣ ਕੇ ਤਾਂ ਉਸ ਤੋਂ ਬਾਅਦ ਬ੍ਰੇਕ ਲਵਾਂਗੇ, ਪਰ ਇਹ ਅਸੀਂ ਮਸਲਾ ਜਿਹੜਾ ਇਸੇ ਤਰ੍ਹਾਂ ਹੀ ਕੰਟੀਨਿਊ ਕਰਾਂਗੇ, ਇੱਕ ਹੋਰ ਵਿਚਾਰ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਹੈਲੋ ਹੈਲੋ ਜੀ, ਮੈਂ ਅਵਤਾਰ ਸਿੰਘ ਬੋਲਦਾ ਜੀ, ਕੈਲੀਫੋਰਨੀਆ ਤੋਂ। ਹਾਂਜੀ ਅਵਤਾਰ ਸਿੰਘ ਜੀ, ਬੜੇ ਚਿਰਾਂ ਬਾਅਦ ਮੈਂ ਕਾਲ ਕੀਤੀ। ਮੈਂ ਮਹਾਰਾਜਾ ਰਣਜੀਤ ਸਿੰਘ ਦੇ ਅਤੇ ਬਾਦਲ ਸਾਹਿਬ ਦੇ ਜਿਹੜਾ ਕਰਜ਼ੇ ਆਪਾਂ ਉਹਨਾਂ ਨੂੰ
ਤੁਲਨਾ ਉਹਦੇ ਵਿੱਚ ਮੈਂ ਕਹਿੰਦਾ ਪੰਜਾਬ ਨੂੰ ਭੁਗਾਰੀ ਬਣਾ ਤਾ ਜਿਹੜੇ ਆਟਾ ਦਾਲ ਦੀ ਸਕੀਮ ਨਾਲ, ਤੇ ਉਹ ਜਿੱਦਾਂ ਕਾਲ ਪਿਆ ਤੇ ਉਹਨੇ ਕਣਕ ਵੰਡੀ ਤੇ ਇਹਨਾਂ ਨੇ ਤੇ ਹੁਣ ਦੀ ਲੀਡਰਸ਼ਿਪ ਨੇ ਤੇ ਭੁਗਾਰੀ ਬਣਾ ਤਾ ਤੇ ਦਿਸ਼ਾਈ ਬਣਾ ਤਾ, ਉਹਦੀ ਤੁਲਨਾ ਕਿੱਦਾਂ ਕਰ ਸਕਦੇ ਆਪਾਂ ਉਹਨਾਂ ਮਹਾਰਾਜਾ ਰਣਜੀਤ ਸਿੰਘ ਨਾਲ ਜੀ? ਬਾਕੀ ਉਹ ਜਿਹੜੇ ਸੀਗੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਖਾਨਦਾਨੀ ਦੇਸ ਜਿੱਦਾਂ ਬਹੁਤ ਸਿੰਘ, ਚੜ੍ਹ ਸਿੰਘ, ਮਹਾਰਾਜ ਸਿੰਘ ਕਿੰਨੀਆਂ ਕੁਰਬਾਨੀਆਂ ਕਰਕੇ ਖਾਲਸਾ ਰਾਜ ਉਹਨਾਂ ਪੈਦਾ ਕੀਤਾ ਸੀ, ਤੇ ਇਹਨਾਂ ਨੂੰ ਤਾਂ ਜੀ ਕਹਿੰਦੇ ਜਦੋਂ ਦੇ ਮੋਰ ਵਿੱਚ ਇਹਨਾਂ ਦੇ ਬਜ਼ੁਰਗਾਂ ਨੇ ਖੂਹਾਂ 'ਚ ਡਹਿਰ ਪਾ ਦਿੱਤੀ ਪਾਣੀ ਦੇ ਵਿੱਚ ਜੀ। ਅਵਤਾਰ ਸਿੰਘ ਜੀ ਬਹੁਤ ਮਿਹਰਬਾਨੀ, ਤੁਹਾਡਾ ਓਬਵੀਅਸਲੀ ਵਿਊ ਜਿਹੜਾ ਵਾ, ਤੁਹਾਡਾ ਨਜ਼ਰੀਆ ਵਾ, ਉਹ ਪਹਿਲੇ ਕਾਲਰ ਰਸ਼ਪਾਲ ਸਿੰਘ ਤੋਂ ਵੱਖਰਾ ਵਾ। ਦੇਖਦੇ ਹਾਂ ਅਗਲੇ ਕਾਲਰ ਦਾ ਕੀ ਨਜ਼ਰੀਆ, ਫਿਰ ਅਸੀਂ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ ਹੈਲੋ, ਹਾਂ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਘੁੰਮਣ ਬੋਲਦਾ ਵਰਜੀਤ ਜੀ। ਹਾਂਜੀ ਹਾਂਜੀ ਘੁੰਮਣ ਸਾਹਿਬ ਦੱਸੋ ਤੁਹਾਡਾ ਕੀ ਭਾਈ ਸਾਹਿਬ? ਤੁਹਾਡੇ ਨਾਲ ਬੜੀ ਤਗੜੀ ਕਰ ਕਰਕੇ ਵੀ ਬਾਦਸ਼ਾਹ ਜੀ ਲੋਕਾਂ ਨੂੰ ਫ੍ਰੀ ਰੋਟੀਆਂ ਦੇ ਰਿਹਾ ਜੀ, ਫ੍ਰੀ ਕਣਕ ਦੇ ਰਿਹਾ ਜੀ। ਇਹਨੂੰ ਪੁੱਛੋ ਫ੍ਰੀ ਡਰੱਗ ਕਿੰਨੀ ਵਿਕ ਰਹੀ ਆ ਉੱਥੇ, ਇਹਨੂੰ ਕਹੋ ਪੰਜਾਬ ਜਾ ਕੇ ਹਾਲਾਤ ਕੀ ਨੇ। ਦੂਸਰੇ ਨੰਬਰ 'ਤੇ ਇਹ ਮਹਾਰਾਜ ਰਣਜੀਤ ਸਿੰਘ ਨਾਲ ਕਰਨ ਡਏ ਆ। ਮਹਾਰਾਜ ਰਣਜੀਤ ਸਿੰਘ ਨੇ ਆਪਣਾ ਆਪ ਸਾਰਾ ਦਰਬਾਰ ਸਾਹਿਬ ਤੋਂ ਵਾਰਤਾ ਉਹਨਾਂ ਦੇ ਚਿਹੇਦਾਰ ਨਾਲ ਗਲ ਕੇ ਸੁਣਦੇ ਰਹੇ ਜੋ ਵੀ ਆ ਜੀ, ਤੇ ਇੱਥੇ ਉੱਥੇ ਜਾ ਕੇ ਵਿੱਚੋਂ ਇਹਨਾਂ ਇੱਕ ਪ੍ਰਥਾ ਚਲਾਈ ਆ ਬਈ ਲੰਗਰ ਜਿਹੜਾ ਐਮ ਐਲ ਏ ਜਾਂ ਮਿਨਿਸਟਰ ਦਾ ਹੋਣਾ ਚਾਹੀਦਾ, ਉਹ ਲੋੜ ਲੋਕਾਂ ਦੇ ਪੈਂਦਾ ਵੀ ਤੁਸੀਂ ਉੱਥੇ ਕਣਕ ਆਟਾ ਦਾਲ ਚੜਾਓ ਦਰਬਾਰ ਸਾਹਿਬ ਜਾ ਕੇ ਤੇ ਸਾਡਾ ਲੰਗਰ ਚਲੂਗਾ। ਇਹ ਕਿੱਥੋਂ ਕੰਪੇਅਰ ਕਰ ਲਓ ਜਿਹੜੇ ਇੱਥੇ ਬੈਠੇ ਆ, ਇਹਨਾਂ ਕੋਲ ਪੰਜਾਬ ਜਾ ਕੇ ਹਾਲਾਤ ਵੇਖੋ ਕੀ ਆ। ਬੱਚਾ ਡੱਗੀ ਹੋ ਚੁੱਕਾ, ਜਿਹੜੇ ਬੈੱਡ ਦੇ ਇੱਕ ਮੁੰਡਾ ਜੇ ਉਹ ਡਰੱਗ ਦਾ ਬੇੜਾ ਗਰਕ ਕਰਤਾ ਇਹਨਾਂ ਨੇ ਆਪਣੀ ਸਰਕਾਰ ਨੇ, ਇਹ ਕਿਹੜੀ ਕਿਹੜੀ ਕੰਪੇਅਰ ਕਰੀ ਜਾਂਦਾ ਮਹਾਰਾਜ ਜੀ ਸਿੰਘਾਂ ਦਾ? ਥੈਂਕ ਯੂ ਸੋ ਮਚ ਜੀ, ਮਿਹਰਬਾਨੀ। ਘੁੰਮਣ ਸਾਹਿਬ ਦਾ ਤੁਹਾਡਾ ਵੀ ਮੈਨੂੰ ਲੱਗਦਾ ਵਾ ਤੁਸੀਂ ਵੀ ਐਗਰੀ ਨਹੀਂ ਕਰਦੇ ਰਿਸ਼ਪਾਲ ਸਿੰਘ ਦੇ ਨਾਲ। ਤੁਸੀਂ ਇਹ ਗੱਲ ਕੀਤੀ ਕਿ ਡਰੱਗਸ ਮੁਫਤ, ਇੱਥੇ ਡਰੱਗਸ ਵੀ ਮੁਫਤ ਨਹੀਂ ਹੈਗੇ ਜੀ, ਵੈਸੇ ਇੱਥੇ ਵੀ ਮੈਂ ਦੱਸਦਾ ਤੁਹਾਨੂੰ ਬੜੇ ਮਹਿੰਗੇ ਵਿਕਦੇ ਆ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਇਹ ਮਸਲਾ ਕਿ ਕੀ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਮਾਨਤਾ ਸਰਕਾਰਾਂ ਨੇ ਹੁਣ ਤੱਕ ਦਿੱਤੀ ਆ, ਕਿ ਉਸ ਵੇਲੇ ਰਾਜ ਨੂੰ ਅੱਜ ਕੱਲ੍ਹ ਦੇ ਰਾਜ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ। ਇਹ ਦੋਵੇਂ ਗੱਲਾਂ ਜਿਹੜੀਆਂ ਵਾ ਇਹਦੇ 'ਤੇ ਆਪਾਂ ਇਸੇ ਤਰ੍ਹਾਂ ਹੀ ਵਿਚਾਰ ਵਟਾਂਦਰਾ ਕਰਦੇ ਰਹਾਂਗੇ, ਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੀ ਇਹਨਾਂ ਦਿਨਾਂ ਦੇ ਵਿੱਚ 176ਵੀਂ ਬਰਸੀ ਹੈ, ਉਹਨਾਂ ਨੂੰ ਸਰਕਾਰਾਂ ਨੇ ਸਹੀ ਮਾਨਤਾ ਦਿੱਤੀ ਹੈ, ਕੀ ਉਦੋਂ ਦੇ ਰਾਜ ਨੂੰ ਅੱਜ ਕੱਲ੍ਹ ਦੇ ਰਾਜ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ? ਇਸ ਮਸਲੇ 'ਤੇ ਕੁਝ ਸਾਡੇ ਨਾਲ ਸੱਜਣ ਜੁੜੇ ਆ, ਦੇਖਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲਾਸ ਏਂਜਲਸ। ਹਾਂਜੀ ਸ਼ਮਸ਼ੇਰ ਸਿੰਘ ਜੀ, ਦੇਖੋ ਜਿਹੜਾ ਤੁਸੀਂ ਅੱਜ ਵਿਸ਼ਾ ਲੈ ਕੇ ਆਂਦਾ ਜੀ, ਵੀ 200 ਸਾਲ ਪੁਰਾਣੇ ਰਾਜ ਪ੍ਰਬੰਧ ਦਾ ਅੱਜ ਦੇ ਰਾਜ ਪ੍ਰਬੰਧ ਨਾਲ ਮੁਕਾਬਲਾ ਕਰਨਾ ਜੀ, ਪਹਿਲੀ ਗੱਲ ਤਾਂ ਇਹ ਮਾਫ ਕਰਨਾ, ਇਹ ਜਿਹੜਾ ਵਿਸ਼ਾ ਟੈਕਨੀਕਲੀ ਸਹੀ ਨਹੀਂ ਹੈ ਜੀ, ਇਹੋ ਇਟ ਇਜ਼ ਨਾਟ ਪੋਸੀਬਲ, ਕਿਉਂਕਿ ਸਮਾਂ ਸਥਿਤੀਆਂ ਟੋਟਲੀ ਡਿਫਰੈਂਟ ਨੇ। ਹੁਣ ਡੈਮੋਕ੍ਰੇਸੀ ਆ, ਲੋਕਤੰਤਰ ਆ, ਉਦੋਂ ਕਿਸੇ ਮਹਾਰਾਜ ਦਾ ਰਾਜ ਸੀ। ਹਾਂਜੀ, ਪਿਛਲੇ 70 ਸਾਲਾਂ ਦੇ ਮੁੱਖ ਮੰਤਰੀਆਂ ਚੋਂ ਨਾਲ ਮੁਕਾਬਲਾ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਜਿਵੇਂ ਹਾਥੀਆਰ ਕੀੜੀ ਦਾ ਮੁਕਾਬਲਾ ਕਰਨਾ ਹੋਵੇ ਤਾਂ ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਕੀੜੀ ਦਾ ਦਰਜਾ ਦਿੱਤਾ ਜਾ ਸਕਦਾ। ਉਹ ਅਸਲ ਦੇ ਵਿੱਚ ਨਾ ਸ਼ਮਸ਼ੇਰ ਸਿੰਘ ਜੀ ਇਸ ਤਰ੍ਹਾਂ ਹੋਇਆ, ਮੈਂ ਜਿਵੇਂ ਅੱਗੇ ਗੱਲ ਕਰਕੇ ਹਟਿਆ ਕਿ 2 ਸਾਲ ਪਹਿਲਾਂ ਜਦੋਂ ਜਨਮ ਸ਼ਤਾਬਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ, ਉਸ ਵੇਲੇ ਬਡਰੁੱਖਾ ਦੇ ਵਿੱਚ ਹੀ ਇੱਕ ਫੰਕਸ਼ਨ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਟਿੱਪਣੀ ਕੀਤੀ ਸੀ ਵੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਵੀ ਉਹੋ ਜਿਹੇ ਰਾਜ ਲੈ ਕੇ ਆਈਏ, ਇਸ ਕਰਕੇ ਇਹ ਸਮਾਨਤਾ ਜਿਹੜੀ ਹੈ ਕਈ ਲੋਕ ਕਰਨ ਲੱਗ ਪੈਂਦੇ ਆ ਜੀ। ਇਹ ਤਾਂ ਠੀਕ ਆ ਜੀ, ਹੁਣ ਸਿਆਸੀ ਲੀਡਰਾਂ ਦੇ ਪੁਆਇੰਟਾਂ 'ਤੇ ਆਪਾਂ ਬਹਿਸਬਾਜ਼ ਨਹੀਂ ਨਾ ਕਰ ਸਕਦੇ ਜੀ, ਸਿਆਸੀ ਲੀਡਰ ਤਾਂ ਰੋਜ਼ ਬਦਲਦੇ ਨੇ।
ਜੀ ਬਿਲਕੁਲ ਠੀਕ ਓਕੇ ਜੀ, ਥੈਂਕ ਯੂ ਵੈਰੀ ਮੱਚ, ਮਿਹਰਬਾਨੀ ਮਿਹਰਬਾਨੀ ਬਿਲਕੁਲ। ਇਹਨਾਂ ਨੇ ਸ਼ਮਸ਼ੇਰ ਸਿੰਘ ਨੇ ਠੀਕ ਕਿਹਾ ਕਿ ਉਦੋਂ ਦੇ ਹਾਲਾਤ ਵੱਖਰੇ ਸਨ, ਉਹ ਰਾਜਾਂ ਦਾ ਰਾਜ ਸੀ, ਇਸ ਵੇਲੇ ਲੋਕਤੰਤਰ ਆ, ਸੋ ਇਸ ਕਰਕੇ ਦੋਵਾਂ 'ਚ ਕੰਪੈਰੀਜ਼ਨ ਨਹੀਂ ਹੋ ਸਕਦਾ, ਲੇਕਿਨ ਅਸੀਂ ਕੁਝ ਨਾ ਕੁਝ ਸਿੱਖ ਸਬਕ ਜ਼ਰੂਰ ਉਹਨਾਂ ਤੋਂ ਲੈ ਸਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਚੀਜ਼ਾਂ ਸਿੱਖਣ ਵਾਲੀਆਂ ਵਾਂ। ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਜੀ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸਖਤੀ ਕਰਨ ਦੀ ਲੋੜ ਆ, ਜਿਹੜਾ ਵੀ ਕੋਈ ਕ੍ਰਾਈਮ ਕਰਦਾ ਵਾ, ਜਿਹੜਾ ਵੀ ਕੋਈ ਕਤਲ ਕਰਦਾ ਉਹਨੂੰ ਉਸੇ ਤਰ੍ਹਾਂ ਹੀ ਬੁਰੀ ਤਰ੍ਹਾਂ ਉਹਨੂੰ ਮਾਰ ਦੇਣਾ ਚਾਹੀਦਾ ਵਾ। ਉਸ ਰਾਜ ਦੇ ਵਿੱਚ ਇੱਕ ਬੜੀ ਖੂਬਸੂਰਤ ਚੀਜ਼ ਇਹ ਸੀ ਕਿ ਕੋਈ ਜੁਰਮ ਜਿਹੋ ਜਿਹਾ ਵੀ ਜੁਰਮ ਕੋਈ ਕਰਦਾ ਸੀਗਾ, ਲੇਕਿਨ ਉਹਦੇ ਵਾਸਤੇ ਡੈਥ ਸੈਂਟੈਂਸ ਨਹੀਂ ਸੀ ਉਹਨੂੰ ਦਿੱਤੀ ਜਾਂਦੀ। ਇਸ ਕਰਕੇ ਉਸ ਵੇਲੇ ਵੀ ਹਾਲੀ ਉਦੋਂ ਬੜਾ ਜ਼ੁਲਮ ਸੀਗਾ, ਉਸ ਵੇਲੇ ਜਿਹੜਾ ਸਮਾਜ ਦੇ ਵਿੱਚ ਬਹੁਤ ਜ਼ੁਲਮ ਹੋ ਰਿਹਾ ਸੀਗਾ, ਲੇਕਿਨ ਫਿਰ ਵੀ ਮਹਾਰਾਜਾ ਰਣਜੀਤ ਸਿੰਘ ਦੀ ਕੋਸ਼ਿਸ਼ ਸੀ ਵੀ ਉਸ ਵੇਲੇ ਲੋਕਾਂ ਦਾ ਸੁਧਾਰ ਲਿਆਂਦਾ ਜਾਵੇ, ਸੁਧਾਰ ਲੋਕਾਂ ਦਾ ਕੀਤਾ ਜਾਵੇ, ਇੱਕ ਜਾਨ ਦੇ ਬਦਲੇ ਦੂਜੀ ਜਾਨ ਨਹੀਂ ਲੈਣੀ। ਬਹੁਤ ਵੱਡੀ ਸੋਚ ਸੀਗੀ ਉਸ ਵੇਲੇ ਕਿਸੇ ਇਨਸਾਨ ਦੀ, ਇਹੋ ਜਿਹੀ ਸੋਚ ਵਿਚਾਰਧਾਰਾ ਇਹੋ ਜਿਹੀ ਰੱਖਣੀ ਜਿਹੜੀ ਹੈ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ ਹੈਲੋ, ਹਾਂਜੀ ਸੰਧੂ ਸਾਹਿਬ, ਮੈਂ ਅਸ਼ੋਕ ਲੂਥਰਾ ਬੋਲ ਰਿਹਾ। ਹਾਂਜੀ ਹਾਂਜੀ ਅਸ਼ੋਕ ਲੂਥਰਾ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੈਂ ਕਨੈਟੀਕਟ ਤੋਂ ਬੋਲ ਰਿਹਾ ਸੰਧੂ ਸਾਹਿਬ, ਤੁਹਾਡਾ ਮੁੱਦਾ ਬਹੁਤ ਅੱਛਾ ਹੈਗਾ। ਇੱਕ ਤੁਸੀਂ ਗੱਲ ਕਰ ਰਹੇ ਹੋ ਕਿ ਦੇਖੋ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ, ਇਹ ਹੋਰ ਬਰਨਾਲਾ ਸਾਹਿਬ ਜਿਹੜੇ ਚੀਫ ਮਿਨਿਸਟਰ ਰਹੇ ਹੈ, ਇਹ ਸਿਰਫ ਆਪਣੇ ਮਤਲਬ ਲਈ ਰਹੇ ਹੈ। ਉਹਨਾਂ ਤੋਂ ਅੱਛੀ ਸਰਕਾਰ ਦਿੱਤੀ ਹੈ ਪ੍ਰਤਾਪ ਸਿੰਘ ਕੈਰ ਹੋਰਾਂ ਨੇ, ਤੁਸੀਂ ਉਹਨਾਂ ਬਾਰੇ ਕੀ ਕਹਿ ਸਕਦੇ? ਨਾਲੇ ਦੂਜੀ ਗੱਲ ਇਹ ਹੈਗੀ ਹੈ ਕਿ ਦੇਖੋ ਇਹਨਾਂ ਕੋਲੋਂ, ਮੈਂ ਜਲੰਧਰ ਦਾ ਰਹਿਣ ਵਾਲਾ, ਪੀ ਏ ਪੀ ਚੌਂਕ ਤਾਂ ਬਣਿਆ ਨਹੀਂ ਇਹਨਾਂ ਕੋਲ, ਸੜਕਾਂ ਹਾਈਵੇ ਨਾ ਰਾਮਾ ਮੰਡੀ ਦਾ ਬਣਿਆ, ਉੱਥੇ ਐਕਸੀਡੈਂਟ ਤੇ ਐਕਸੀਡੈਂਟ। ਇਹ ਕਹਿੰਦੇ ਸਰਕਾਰਾਂ ਚੰਗੀਆਂ ਹੈਗੀਆਂ, ਕੌਣ ਕਹਿੰਦਾ ਸਰਕਾਰਾਂ ਚੰਗੀਆਂ? ਸਰਕਾਰਾਂ ਤਾਂ ਚੰਗੀਆਂ ਹੈ ਹੀ ਨਹੀਂ, ਉਹਨਾਂ ਕੋਲ ਹਾਈਵੇ ਸਭ ਤੋਂ ਪਹਿਲੇ ਬਣੇ ਨਹੀਂ, ਜਿਹਨਾਂ ਹੀ ਲੁਕੀ ਜਾਂਦੇ। ਅਸੀਂ ਜਦੋਂ ਜਾਂਦੇ ਇੱਥੋਂ ਅਸੀਂ ਡਰਦੇ ਹਾਂ, ਹੈਂ, ਅਸੀਂ ਡਰ ਡਰ ਕੇ ਚਾਹੀਦਾ। ਅਤੇ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ, ਪ੍ਰਤਾਪ ਸਿੰਘ ਕੈਰ ਹੋਰਾਂ ਬਾਰੇ? ਬਿਲਕੁਲ ਅਸ਼ੋਕ ਲੂਥਰਾ ਜੀ, ਤੁਹਾਨੂੰ ਵੈਸੇ ਕਿੰਨੀ ਕੁ ਦੇਰ ਹੋ ਗਈ ਹੈ ਕਨੈਟੀਕਟ ਦੇ ਵਿੱਚ ਰਹਿੰਦੇ ਆ? ਤੁਹਾਨੂੰ ਕਿੰਨੀ ਕੁ ਦੇਰ ਹੋ ਗਈ ਕਨੈਟੀਕਟ 'ਚ ਰਹਿੰਦੇ ਆ? ਮੈਨੂੰ ਜੀ, ਮੈਨੂੰ 12 ਸਾਲ ਹੋ ਗਏ ਜੀ। ਓਕੇ, ਤੇ ਕਨੈਟੀਕਟ ਸਟੇਟ ਦੇ ਵਿੱਚ ਕਿਹੜੀ ਜਗ੍ਹਾ ਰਹਿੰਦੇ ਤੁਸੀਂ? ਮੈਂ ਜੀ ਵਾਟਰਬਰੀ ਰਹਿਣਾ ਜੀ। ਓਕੇ ਓਕੇ, ਅਸ਼ੋਕ ਲੂਥਰਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਪਿਛਲੀਆਂ ਕੁਝ ਸਰਕਾਰਾਂ ਜਿਹੜੀਆਂ ਵਾ ਉਹਨਾਂ ਦੇ ਤੁਲਨਾ ਜੇ ਆਪਾਂ ਕਰੀਏ ਤੇ ਮੇਰੇ ਖਿਆਲ ਜਿਹੜੀ ਪ੍ਰਤਾਪ ਸਿੰਘ ਕੈਰੋਂ ਨੇ ਜਿਹੜਾ ਰਾਜ ਦਿੱਤਾ ਸੀਗਾ ਉਹ ਬਹੁਤ ਸਹੀ ਰਾਜ ਸੀਗਾ। ਉਦੋਂ ਪੰਜਾਬ ਦਾ ਕਾਫੀ ਵਿਕਾਸ ਹੋਇਆ ਵਾ, ਔਰ ਇੱਕ ਤਰੀਕੇ ਨਾਲ ਜਦੋਂ ਤੋਂ ਉਹਨਾਂ ਤੋਂ ਬਾਅਦ ਇੱਕ ਦੋ ਹੋਰ ਪੀਰੀਅਡ ਨੂੰ ਛੱਡ ਕੇ ਉਸ ਤੋਂ ਬਾਅਦ ਵਿਕਾਸ ਜਿਹੜਾ ਵਾ ਕਰੀਬ ਕਰੀਬ ਜਿਹੋ ਜਿਹਾ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਵਿਕਾਸ ਇੱਕ ਤਰੀਕੇ ਦਾ ਰੋਕ ਹੀ ਗਿਆ, ਇਹ 'ਚ ਕੋਈ ਸ਼ੱਕ ਨਹੀਂ। ਔਰ ਸਰਕਾਰਾਂ ਜਿਹੜੀਆਂ ਵਾ ਜੇ ਆਪਾਂ ਸੜਕਾਂ ਦੀ ਗੱਲ ਕਰੀਏ ਤਾਂ ਸੜਕਾਂ ਨੂੰ ਚੌੜੀਆਂ ਜ਼ਰੂਰ ਕਰ ਰਹੀਆਂ ਵਾ, ਲੇਕਿਨ ਜੋ ਟ੍ਰੈਫਿਕ ਆ ਉਹ ਕਿਤੇ ਜ਼ਿਆਦਾ ਵੱਧ ਰਿਹਾ ਵਾ। ਸੋ ਸਾਨੂੰ, ਅਸੀਂ ਸਾਰੀ ਦੁਨੀਆ ਦੇ ਵਿੱਚ ਹੀ ਤੁਰ ਜੋ ਜਾਂਦੇ ਹਾਂ ਉੱਥੇ ਵੇਖਦੇ ਹਾਂ ਵੀ ਕਿਵੇਂ ਉੱਥੇ ਹਾਈਵੇ ਕਨਸੈਪਟ ਆ ਗਿਆ ਵਾ। ਅਸੀਂ ਇੱਥੇ ਬੇਸਿਕ ਸੜਕਾਂ ਹਾਈਵੇ ਇੱਕ ਵੀ ਪੰਜਾਬ ਦੇ ਵਿੱਚ ਇਸ ਵੇਲੇ ਹਾਈਵੇ ਨਹੀਂ ਬਣਿਆ, ਹਾਲਾਂਕਿ ਜਿਹੜਾ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਦੀ ਜਿਹੜੀ ਰੋਡ ਆ ਇਹ ਬਹੁਤ ਜ਼ਿਆਦਾ ਪੁਰਾਣੀ ਰੋਡ ਹੈ, ਪੁਰਾਣੀ ਜੀ ਟੀ ਰੋਡ ਹੈ ਜਿਹੜੀ ਉਦੋਂ ਕਿਸੇ ਵੇਲੇ ਲਾਹੌਰ ਤੋਂ ਅੱਗੇ ਪਿਸ਼ਾਵਰ ਤੱਕ ਜਾਂਦੀ ਸੀਗੀ। ਸੋ ਜੀ ਟੀ ਰੋਡ ਜਿਹੜੀ ਪੁਰਾਣੀ ਜੀ ਟੀ ਰੋਡ ਆ ਉਹਨੂੰ ਵੀ ਅਸੀਂ ਸਹੀ ਤਰੀਕੇ ਨਾਲ ਉਹਨੂੰ ਚੌੜੀ ਨਹੀਂ ਕਰ ਸਕੇ ਜਾਂ ਉਹਦੇ ਬਦਲੇ ਕੋਈ ਨਵੀਂ ਇੱਕ ਹਾਈਵੇ ਨਹੀਂ ਬਣਾ ਸਕੇ। ਔਰ ਮੈਂ ਕਿਉਂਕਿ ਜਲੰਧਰ 'ਚ ਰਹਿੰਦਾ ਰਿਹਾ ਵਾਂ, ਮੈਂ ਉੱਥੇ ਸਪੋਰਟਸ ਕਾਲਜ ਅਤੇ ਡੀ ਏ ਵੀ ਕਾਲਜ ਦਾ ਸਟੂਡੈਂਟ ਰਿਹਾ ਵਾਂ, ਮੈਨੂੰ ਪਤਾ ਵਾ, ਔਰ ਹੁਣ ਜੋ ਵਾਪਸ ਜਾਈਦਾ ਵਾ ਕਿ ਉੱਥੇ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਪਿਛਲੇ 30-40 ਸਾਲਾਂ ਦੇ ਵਿੱਚ ਵੀ ਕਿੰਨੀ ਬੁਰੀ ਹਾਲਤ ਹੋ ਗਈ ਆ। ਰਾਮਾ ਮੰਡੀ ਲੈ ਲਓ ਤੁਸੀਂ, ਪੀ ਏ ਪੀ ਚੌਂਕ ਲੈ ਲਓ, ਉਹ ਚੌਂਕ ਜਿਹੜੇ ਆ ਉੱਥੇ ਹੋਰ ਇਸ ਵੇਲੇ, ਕਿਸੇ ਵੇਲੇ ਪੀ ਏ ਪੀ ਚੌਂਕ ਜਿਹੜਾ ਸੀ ਬੜਾ ਖੁੱਲ੍ਹਾ ਡੁੱਲਾ ਹੁੰਦਾ ਸੀਗਾ, ਹੁਣ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਆ, ਬਹੁਤ ਜ਼ਿਆਦਾ ਭੀੜ ਹੋ ਗਈ ਆ। ਇਸ ਕਰਕੇ ਅਸੀਂ ਸ਼ਹਿਰਾਂ ਦਾ ਤਾਂ ਕਰੀਬ ਕਰੀਬ
ਸਰਕਾਰਾਂ ਨੇ ਲਗਾਤਾਰ ਸਰਕਾਰਾਂ ਨੇ ਸੱਤਿਆਨਾਸ਼ ਹੀ ਕਰਤਾ, ਭਾਵੇਂ ਉਹ ਲੁਧਿਆਣਾ ਲੈ ਲਈਏ, ਭਾਵੇਂ ਜਲੰਧਰ ਲੈ ਲਈਏ ਅਤੇ ਭਾਵੇਂ ਅੰਮ੍ਰਿਤਸਰ ਲੈ ਲਈਏ। ਸੋ ਲੂਥਰਾ ਜੀ ਤੁਸੀਂ ਸਹੀ ਕਿਹਾ ਕਿ ਸਰਕਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਛੱਡੋ, ਮੇਰੇ ਖਿਆਲ ਪ੍ਰਤਾਪ ਸਿੰਘ ਤੋਂ, ਪ੍ਰਤਾਪ ਸਿੰਘ ਕਿਆਰੋਂ ਤੋਂ ਜੇ ਸਿੱਖ ਲਈਏ ਕੁਝ, ਉਹਨਾਂ ਦੇ ਰਾਜ ਤੋਂ ਕੁਝ ਸਿੱਖ ਲਈਏ ਤਾਂ ਉਹ ਜਿਹੜਾ ਵਾ ਉਹ ਰਾਜ ਵਾਸਤੇ ਬਹੁਤ ਬਿਹਤਰ ਹੋਊਗਾ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਭਜਨ ਸਿੰਘ ਔਲਖ ਬੋਲ ਰਿਹਾ ਸਿਆਟਲ ਤੋਂ। ਹਾਂਜੀ ਹਰਭਜਨ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਅੱਛਾ, ਇਹ ਰਾਜ ਦੇ ਨਾਲ ਮੁਕਾਬਲਾ ਹੀ ਨਹੀਂ ਹੋ ਸਕਦਾ ਜੀ, ਮਹਾਰਾਜਾ ਰਣਜੀਤ ਸਿੰਘ ਦਾ ਤੇ ਸਾਡੇ ਜਿਹੜੇ ਹੁਣ ਰਾਜ ਹੋਏ ਨੇ ਜੀ, ਕੋਈ ਮੁਕਾਬਲਾ ਨਹੀਂ। ਉਹਨਾਂ ਵਿਕਾਸ ਕੀਤਾ ਸੀ, ਇਹਨਾਂ ਵਿਨਾਸ਼ ਕੀਤਾ। ਉਹ ਲਾਲ ਸਿੰਘ ਤੇਜਾ ਸਿੰਘ ਦੇਸ਼ ਲਈ ਸਨ, ਇਹ ਲਾਲ ਸਿੰਘ ਪਾਲ ਸਿੰਘ ਸਾਡੇ ਆਪਣੇ ਘਰ ਵਾਸਤੇ ਇਹਨਾਂ ਵਪਾਰ ਬਣਾ ਲਿਆ ਬਿਜ਼ਨਸ ਨੂੰ। ਇਸ ਕਰਕੇ ਇਹਨਾਂ ਦਾ ਤੇ ਕੋਈ ਮੁਕਾਬਲਾ ਹੀ ਨਹੀਂ ਗਾ। ਸ਼ਾਹ ਮਹਾਮ, ਮੈਂ ਅੰਤ ਚ ਕਹਿ ਦੂ, ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੀ। ਹਰਭਜਨ ਸਿੰਘ ਜੀ, ਤੁਸੀਂ ਕਿਹਾ ਬਹੁਤ ਵੱਡੀ ਗੱਲ ਤੁਸੀਂ ਕਿਹਾ ਤੀ ਵੀ ਉਹਨਾਂ ਨੇ ਵਿਕਾਸ ਕੀਤਾ ਤੇ ਹੁਣ ਵਿਨਾਸ਼ ਕੀਤਾ ਵਾ, ਪਰ ਤੁਹਾਨੂੰ ਲੱਗਦਾ ਵਾ ਵੀ ਜਿਹੜੇ ਸੱਜਣ ਨੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਾਰੇ ਇਲਾਕੇ ਦਾ ਵਿਕਾਸ ਕੀਤਾ ਸੀ, ਉਹਨੂੰ ਸਹੀ ਮਾਨਤਾ ਸਰਕਾਰਾਂ ਵੱਲੋਂ ਦਿੱਤੀ ਗਈ ਹੈ ਮਹਾਰਾਜਾ ਰਣਜੀਤ ਸਿੰਘ ਨੂੰ? ਨਹੀਂ ਨਹੀਂ, ਬਿਲਕੁਲ ਨਹੀਂ ਮਿਲੀ। ਉਹਨੇ ਆਪਣਾ ਡਿਊ ਉਹਨੂੰ ਮਿਲਿਆ ਹੀ ਨਹੀਂ ਜੀ, ਕਿਉਂਕਿ ਨਾ ਉਹਦੇ ਚੇਲੇ ਸਨ, ਨਾ ਉਹ ਰਾਜਨੀਤੀ ਖੇਡਿਆ, ਉਹ ਤੇ ਧਾਰਮਿਕ ਮਮਕ ਬੰਦਾ ਸੀਗਾ ਔਰ ਸੈਕੂਲਰ ਰਾਜ ਸੀ ਉਹਦਾ ਜੀ। ਇਹਨਾਂ ਨੂੰ ਨਹੀਂ ਮਿਲਿਆ ਜੋ ਕੋਈ ਚਾਹੀਦਾ ਸੀ, ਨਾ ਉਹਨਾਂ ਦੀਆਂ ਬਰਸੀਆਂ ਤੇ ਇਹ ਬੋਰਡ ਦੇ ਥਾਂ ਬੋਰਡ ਆਪਣੇ ਲਾ ਛੱਡੇ ਹਨ। ਬਿਲਕੁਲ ਬਿਲਕੁਲ, ਇਨਫੈਕਟ ਉਹਨਾਂ ਦੀਆਂ ਬਰਸੀਆਂ ਤੇ ਜਨਮ ਸ਼ਤਾਬਦੀਆਂ ਤੇ ਜਿਹੋ ਜਿਹੇ ਫੰਕਸ਼ਨ, ਸ਼ਾਨਦਾਰ ਫੰਕਸ਼ਨ, ਭਾਵੇਂ ਸਾਦਗੀ ਦੇ ਫੰਕਸ਼ਨ ਹੀ ਹੋਣੇ ਚਾਹੀਦੇ ਆ, ਜਿਸ ਤਰ੍ਹਾਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਵਾ, ਉਹ ਨਾ ਭਾਰਤ ਸਰਕਾਰ ਨੇ ਅਤੇ ਨਾ ਸਾਡੇ ਰਾਜ ਸਰਕਾਰਾਂ ਨੇ ਹੁਣ ਤੱਕ ਕੀਤਾ। ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ। ਇੱਕ ਹੋਰ ਸੱਜਣ ਨੇ ਸਾਡੇ ਨਾਲ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਹੋਰ ਮੈਂ ਬਲਦੇਵ ਸਿੰਘ ਬੋਲ ਰਿਹਾ ਜੀ ਸ਼ਾਟਲ ਤੋਂ। ਹਾਂਜੀ ਹਾਂਜੀ ਬਲਦੇਵ ਸਿੰਘ ਜੀ, ਦੱਸੋ ਸਵਾਗਤ ਹੈ ਸ਼ੋਅ ਦੇ ਵਿੱਚ, ਕੀ ਕਹਿਣਾ ਚਾਹੁੰਦੇ ਤੁਸੀਂ? ਬਸ ਜੀ, ਅੱਜ ਦਾ ਤੁਸੀਂ ਵਿਸ਼ਾ ਬਣਾਇਆ ਹੈ ਕਿ ਕਿਉਂਕਿ ਜੋ ਮਹਾਰਾਜਾ ਰਣਜੀਤ ਸਿੰਘ ਦਾ ਜੋ ਉਹਨਾਂ ਦੀ ਦੇਣ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਹੈ ਜੀ, ਮੈਂ ਸਮਝਦਾ ਵੀ ਜਿਹੜੀਆਂ ਅੱਜ ਦੀਆਂ ਸਰਕਾਰਾਂ ਨੇ ਕਿਸੇ ਵੀ ਸਰਕਾਰ ਵੱਲੋਂ ਉਹਨਾਂ ਦੇ ਰਾਜ ਨੂੰ ਮਾਨਤਾ ਨਹੀਂ ਦਿੱਤੀ ਗਈ ਜੀ, ਕਿਉਂਕਿ ਜੋ ਕੁਛ ਉਹਨਾਂ ਨੇ ਕੀਤਾ ਆ ਸਾਨੂੰ ਚਾਹੀਦਾ ਕਿ ਅਸੀਂ ਉਹੀ ਗਾਂ ਕਰੀਏ। ਮਾਨਤਾ ਦੇਣ ਦਾ ਤਾਂ ਹੀ ਮਤਲਬ ਆ, ਜਾਂ ਕਿਸੇ ਨੂੰ ਆਪਾਂ ਸ਼ਰਧਾ ਦੇ ਫੁੱਲ ਚੜਾਉਂਦੇ ਆ, ਉਹਦਾ ਮਤਲਬ ਇਹੀ ਹੈ ਕਿ ਜੋ ਕੁਛ ਵੀ ਉਸ ਬੰਦੇ ਨੇ ਕੀਤਾ ਆ ਜੀ, ਉਹਨੂੰ ਅਗਾਂ ਉਹਨੂੰ ਆਪਾਂ ਗਾਂ ਤੋਰੀਏ, ਤੇ ਜੇ ਆਪਾਂ ਉਹਨੂੰ ਗਾਂ ਨਹੀਂ ਤੋਰਨਾ ਤਾਂ ਮੈਂ ਸਮਝਦਾ ਕਿ ਨਾ ਤੇ ਆਪਾਂ ਉਹਨਾਂ ਨੂੰ ਸ਼ਰਧਾ ਦੀ ਆ, ਨਾ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੇ ਹਾਂ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜੋ ਸਤਿਕਾਰ ਕੀਤਾ ਆ, ਮਤਲਬ ਦਰਬਾਰ ਸਾਹਿਬ ਦਾ ਜਾਂ ਜੋ ਸਰਕਾਰ ਉਹਨਾਂ ਨੇ ਆਪਣਾ ਧਰਮ ਦਾ ਸਤਿਕਾਰ ਕੀਤਾ ਹੈ ਜੀ, ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ, ਜਿਹੜੀ ਸਪੈਸ਼ਲੀ ਜਿਹੜੀ ਆਪਾਂ ਅਕਾਲੀ ਸਰਕਾਰ ਕਹਿ ਸਕਦੇ ਹਾਂ ਜੀ, ਮੈਂ ਸਮਝਦਾ ਕਿ ਤੁਸੀਂ ਮੇਰੀ ਇਸ ਗੱਲ ਨਾਲ ਭਾਵੇਂ ਸਹਿਮਤ ਨਾ ਹੋ, ਪਰ ਮੈਨੂੰ 100% ਯਕੀਨ ਆ ਕਿ ਜਿਸ ਬਾਦਲ ਦੀ ਸਰਕਾਰ ਦਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਦੇ ਨਾਲ ਮੁਕਾਬਲਾ ਕਰਦੇ ਹਾਂ, ਮੇਰੇ ਇੱਕ ਵੀਰ ਨੇ ਅੱਗੇ ਬਹੁਤ ਸਾਰਾ ਮੁਕਾਬਲਾ ਕੀਤਾ ਆ ਜੀ, ਜਿਹੜਾ ਸ਼ਖਸ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਵਿੱਚ, ਮੈਨੂੰ 100% ਯਕੀਨ ਹੈ ਕਿ ਇਹ ਬਾਦਲ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਉਣ ਦੇ ਵਿੱਚ ਬਿਲਕੁਲ ਸਹਿਮਤ ਸੀ,
ਤੇ ਮੈਂ ਸਮਝਣਾ ਕਿ ਉਹ ਬੰਦਾ ਉਸ ਬੰਦੇ ਦੇ ਰਾਜ ਨੂੰ ਅਸੀਂ ਅਗਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਲ ਅਸੀਂ ਮੁਕਾਬਲਾ ਕਰਦੇ ਹਾਂ ਤੇ ਮੈਂ ਸਮਝਣਾ ਕਿ ਇਹ ਉਹਨਾਂ ਵਾਸਤੇ ਬਹੁਤ ਵੱਡੀ ਬੇਇਨਸਾਫੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਕਿਉਂਕਿ ਉਹਨਾਂ ਦਾ ਮੁਕਾਬਲਾ ਜੋ ਉਹਨਾਂ ਨੇ ਸਤਿਕਾਰ ਕੀਤਾ ਅਕਾਲ ਤਖ਼ਤ ਸਾਹਿਬ ਦਾ, ਜੋ ਉਹਨਾਂ ਨੇ ਦਰਬਾਰ ਸਾਹਿਬ ਦਾ ਸਾਹਿਬ ਦਾ ਮਤਲਬ ਉਹਨਾਂ ਨੇ ਕੀਤਾ ਆ, ਮਤਲਬ ਸਰਕਾਰ ਕੋਈ ਵੀ ਮਤਲਬ ਸਰਕਾਰ ਨਾ ਕੱਟ ਕੇ ਆ ਤੇ ਨਾ ਕਿਸੇ ਨੇ ਕਰਨਾ ਆ, ਕਿਉਂਕਿ ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਦਾ ਜੋ ਹੁਕਮ ਮੰਨ ਕੇ ਆਪਣੇ ਸਰੀਰ ਦੇ ਉੱਤੇ ਕੋਹੜੇ ਖਾਧਾ, ਆਪਣੇ ਆਪ ਨੂੰ ਥੰਮ ਦੇ ਨਾਲ ਬਣਵਾਇਆ ਆ, ਅੱਜ ਉਹ ਅਕਾਲ ਤਖ਼ਤ ਦਾ ਜੋ ਜਥੇਦਾਰ ਆ ਉਹ ਤੇ ਇਹਨਾਂ ਦੇ ਅਧੀਨ ਆ, ਉਹ ਉਹਨੂੰ ਤੇ ਮਤਲਬ ਆਪਣੇ ਅਧੀਨ ਆਪਣਾ ਮੁਲਾਜ਼ਮ ਸਮਝਦੇ ਆ, ਤੇ ਜਿਹੜੀ ਸਰਕਾਰ ਇੱਕ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣਾ ਮੁਲਾਜ਼ਮ ਸਮਝ ਕੇ ਉਹਦੇ ਉੱਤੇ ਹੁਕਮ ਚਲਾਉਂਦੀ ਆ, ਮੈਂ ਸਮਝਦਾ ਕਿ ਉਹ ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੀ, ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਬਲਦੇਵ ਸਿੰਘ ਜੀ ਬਹੁਤ ਮਿਹਰਬਾਨੀ, ਤੁਸੀਂ ਗੱਲ ਕੀਤੀ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਹੀ ਮਾਨਤਾ ਨਹੀਂ ਮਿਲੀ। ਮੇਰਾ ਖਿਆਲ ਮਾਨਤਾ ਤਾਂ ਤਦ ਹੀ ਮਿਲ ਸਕਦੀ ਆ ਜੇ ਉਸ ਰਾਜ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਏ। ਮੇਰੇ ਖਿਆਲ ਹੁਣ ਤੱਕ ਕਿਸੇ ਸਰਕਾਰ ਨੇ ਇਹ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਖਰੇ ਵੱਖਰੇ ਪਹਿਲੂ ਜਿਹੜੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸਟੱਡੀ ਕੀਤਾ ਜਾਏ, ਵੀ ਐਜ਼ ਅ ਮਿਲਟਰੀ ਕਮਾਂਡਰ ਉਹ ਕਿਵੇਂ ਫੰਕਸ਼ਨ ਕਰਦੇ ਸੀ ਔਰ ਉਹਨਾਂ ਨੇ ਕੀ ਕੁਛ ਅਚੀਵ ਕੀਤਾ ਔਰ ਕਿਵੇਂ ਅਚੀਵ ਕੀਤਾ। ਇਸੇ ਤਰ੍ਹਾਂ ਹੀ ਜਿਹੜੀ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਸੀਗੀ ਉਹਨੂੰ ਉਹ ਕਿਵੇਂ ਚਲਾਉਂਦੇ ਸੀਗੇ, ਇਸੇ ਤਰ੍ਹਾਂ ਹੀ ਉਹ ਸਮਾਜ ਨੂੰ ਕਿਵੇਂ ਇਕੱਠਾ ਕਰਦੇ ਸੀ। ਸੋ ਇਹ ਚੀਜ਼ਾਂ ਸਾਰੇ ਪਹਿਲੂਆਂ ਨੂੰ ਮੇਰੇ ਖਿਆਲ ਸਮਝਣ ਦੀ ਲੋੜ ਆ। ਇਨਫੈਕਟ ਜੇ ਅਸੀਂ ਸਮਝਾਂਗੇ ਤਾਂ ਤਦ ਹੀ ਇਹ ਤੋਂ ਅਸੀਂ ਕੋਈ ਨਾ ਕੋਈ ਸੀਖ ਲੈ ਸਕਦੇ ਹਾਂ, ਕੋਈ ਸਬਕ ਲੈ ਸਕਦੇ ਹਾਂ ਔਰ ਉਹੋ ਜਿਹੀ ਚੀਜ਼ ਜਿਹੜੀ ਆ ਹੁਣ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਸੀਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਇੱਕ ਹੋਰ ਕਾਲ ਅਸੀਂ ਲੈ ਕੇ ਫਿਰ ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਫਿਰ ਬ੍ਰੇਕ ਲਵਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵੀਰ ਅਟਵਾਲ ਬੋਲ ਰਿਹਾ ਰਜਿਸਟਰ। ਹਾਂਜੀ ਹਾਂਜੀ ਅਟਵਾਲ ਜੀ, ਹਾਂਜੀ ਹਾਂਜੀ। ਅੱਜ ਦਾ ਜਿਹੜਾ ਮੁੱਦਾ ਹੈਗਾ ਬੜਾ ਥੋੜਾ ਜਿਹਾ ਗੰਭੀਰ ਮੁੱਦਾ ਹੈਗਾ ਜੀ, ਮਤਲਬ ਕਿ ਟਾਈਮ ਦੇ ਹਿਸਾਬ ਦੇ ਨਾਲ ਜੀ ਠੀਕ ਨਹੀਂ ਬੈਠਦਾ, ਕਿਉਂਕਿ ਜੇ ਦੇਖਿਆ ਜਾਏ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਰਾਜ ਕਾਇਮ ਕੀਤਾ ਜੀ ਜਿਸ ਵੇਲੇ ਕਿ ਰਾਜ ਨੂੰ ਖਤਮ ਕਰਨ ਦਾ ਗਲੋਬਲੀ ਇੱਕ ਮੁੱਦਾ ਚੱਲ ਰਿਹਾ ਸੀਗਾ ਜੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਰਾਜ ਕਾਇਮ ਕੀਤਾ ਜੀ, ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਆਈ ਜੀ, ਬਿਲਕੁਲ ਬਿਲਕੁਲ ਉਹੀ ਸਾਲ ਆ ਜੇ ਤੁਸੀਂ ਗਿਣਤੀ ਮਿਣਤੀ ਕਰੋ ਜੀ, ਤੇ ਉਸ ਵੇਲੇ ਜਿਹੜਾ ਹੈ ਕਿ ਹੁਣ ਜਿਹੜਾ ਹੈਗਾ ਕਿ ਯੁੱਗ ਬਦਲ ਚੁੱਕਾ ਸੀਗਾ ਤੇ ਸਾਰੇ ਗਲੋਬਲੀ ਇੱਕ ਸੀਗਾ ਕਿ ਜਿਹੜਾ ਹੈਗਾ ਕਿ ਰਾਜਿਆਂ ਦਾ ਰਾਜ ਜਿਹੜਾ ਹੈਗਾ ਇਹ ਖਤਮ ਹੋਣਾ ਚਾਹੀਦਾ, ਡੈਮੋਕ੍ਰੇਸੀ ਹੋਣੀ ਚਾਹੀਦੀ ਹੈਗੀ ਜੀ। ਤੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਉਹਨਾਂ ਨੂੰ ਮੌਕਾ ਮਿਲਿਆ, ਉਹਨੇ ਰਾਜ ਕਾਇਮ ਕੀਤਾ ਤੇ ਪਲਾਇਆ, ਪਰ ਉਸ ਤੋਂ ਬਾਅਦ ਉਸ ਵੇਲੇ ਤੋਂ ਸ਼ੁਰੂ ਹੋਇਆ ਸੀ ਕਿ ਗਲੋਬਲ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਕਿ ਬਾਅਦ ਵਿੱਚ ਉਹਨਾਂ ਦਾ ਰਾਜ ਜ਼ਿਆਦਾ ਨਹੀਂ ਚੱਲ ਸਕਿਆ ਤੇ ਬਾਅਦ ਵਿੱਚ ਆਸਤਾ ਆਸਤਾ ਇੰਡੀਆ ਦੇ ਵਿੱਚ ਵੀ ਡੈਮੋਕ੍ਰੇਸੀ ਆਈ, ਤੇ ਜਿਹੜਾ ਉਹ ਫਿਰ ਕੰਪੇਅਰ ਕਰਨਾ ਕਿ ਰਾਜ ਤਾਂ ਅਸੀਂ ਖਤਮ ਕਰਨਾ ਹੈਗਾ ਆ। ਪਰ ਅਟਵਾਲ ਜੀ ਥੋੜ੍ਹਾ ਜਿਹਾ ਨਾ ਅਮੈਰੀਕਾ ਜਾਂ ਯੂਰਪ ਔਰ ਜੋ ਹਿੰਦੁਸਤਾਨ 'ਚ ਉਦੋਂ ਹੋ ਰਿਹਾ ਸੀ ਦੋਵਾਂ 'ਚ ਕਾਫੀ ਫਰਕ ਆ। ਦੇਖੋ ਇੱਕ ਮੂਵਮੈਂਟ ਜਿਹੜੀ ਆ ਇਹ ਟਾਈਮ ਲੱਗਦਾ ਵਾ ਜਦੋਂ ਤੱਕ ਉਹ ਮੂਵਮੈਂਟ ਪਹੁੰਚਦੀ ਆ। ਉਸ ਵੇਲੇ ਤੁਸੀਂ ਵੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜਭਾਗ ਆਪਣੀ ਜਿਹੜੀ ਮਿਸਲ ਸੀ ਉਹਦਾ ਰਾਜ ਸੰਭਾਲਿਆ, ਉਸ ਵੇਲੇ ਟੋਟਲ ਕਨਫਿਊਜ਼ਨ ਸੀ ਇੱਥੇ ਇਨਫੈਕਟ ਕਾਫੀ ਗੜਬੜੀ ਸੀ ਸਾਰੇ ਇਲਾਕਿਆਂ ਦੇ ਵਿੱਚ। ਸੋ ਉਹਨਾਂ ਨੇ ਇੱਕ ਤਾਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਸਮਾਜ ਨੂੰ ਇਕੱਠੇ ਕੀਤਾ ਔਰ ਉਹਦੇ 'ਚ ਇੱਕ ਅਮਨ ਸ਼ਾਂਤੀ ਲਿਆਂਦੀ। ਸੋ ਮੇਰੇ ਹਿਸਾਬ ਨਾਲ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਸੀਗੀ
ਔਰ ਜੇ ਅਮਨ ਸ਼ਾਂਤੀ ਨਹੀਂ ਹੋਊਗੀ ਤਾਂ ਉਸ ਤੋਂ ਬਾਅਦ ਡੈਮੋਕ੍ਰੇਸੀ ਜਿਹੜੀ ਆ ਉਹ ਤਦ ਹੀ ਆ ਸਕਦੀ ਜੋ ਉਸ ਵੇਲੇ ਅਮਨ ਸ਼ਾਂਤੀ ਹੋਵੇ। ਸੋ ਮੇਰਾ ਖਿਆਲ ਹੈ ਜੋ ਉਸ ਤੋਂ ਬਾਅਦ ਹੋਇਆ ਉਹ ਇਨਫੈਕਟ ਕੰਸੋਲੀਡੇਸ਼ਨ ਜਿਹੜੀ ਉਹਨਾਂ ਨੇ ਕੀਤੀ ਉਹ ਸ਼ਾਇਦ ਬਹੁਤ ਜ਼ਰੂਰੀ ਸੀ, ਔਰ ਉਸ ਤੋਂ ਬਾਅਦ ਹੌਲੀ ਹੌਲੀ ਡੈਮੋਕ੍ਰੇਸੀ ਦਾ ਪ੍ਰੋਸੈਸ ਜਿਹੜਾ ਵਾ ਉਹ ਸ਼ੁਰੂ ਹੋਇਆ। ਇਨਫੈਕਟ ਸਹੀ ਡੈਮੋਕ੍ਰੇਸੀ ਦਾ ਪ੍ਰੋਸੈਸ ਤਾਂ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਆ ਉਦੋਂ ਹੀ ਹੋਇਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ ਜਿਹੜਾ ਜੋ ਬ੍ਰਿਟਿਸ਼ ਰਾਜ ਸੀਗਾ ਉਹ ਵੀ ਆਪਾਂ ਡੈਮੋਕ੍ਰੇਸੀ ਤਾਂ ਨਹੀਂ ਕਹਿ ਸਕਦੇ, ਉਹ ਵੀ ਇੱਕ ਤਰੀਕੇ ਦਾ ਰਾਜ ਹੀ ਸੀਗਾ, ਉਹ ਵੀ ਬਾਹਰਲੀ ਸਰਕਾਰ ਦਾ ਰਾਜ ਸੀ। ਸੋ ਮੇਰੇ ਖਿਆਲ ਇਹਨਾਂ ਦੋਵਾਂ ਦੇ ਵਿੱਚ ਜੋ ਅਮੈਰੀਕਾ 'ਚ ਹੋਇਆ ਔਰ ਜੋ ਪੰਜਾਬ 'ਚ ਹੋਇਆ ਜਾਂ ਹਿੰਦੁਸਤਾਨ 'ਚ ਜਦੋਂ ਹੋ ਰਿਹਾ ਸੀ ਉਹਦੇ 'ਚ ਮੇਰੇ ਖਿਆਲ ਕਾਫੀ ਫਰਕ ਆ। ਪਰ ਇੰਟਰਸਟਿੰਗ ਪੁਆਇੰਟ ਤੁਸੀਂ ਲੈ ਕੇ ਆਏ ਜੇ, ਮੇਰੇ ਖਿਆਲ ਇਹਦੇ 'ਤੇ ਵੀ ਅਸੀਂ ਵੇਖਦੇ ਹਾਂ ਵੀ ਬਾਕੀ ਸੱਜਣਾਂ ਦੇ ਕੀ ਵਿਚਾਰ ਨੇ। ਇਹ ਮਸਲਾ ਆਪਾਂ ਇਸੇ ਤਰ੍ਹਾਂ ਵਿਚਾਰਦੇ ਰਹਾਂਗੇ, ਪਰ ਹੁਣ ਸਮਾਂ ਇੱਕ ਹੋਰ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਜੋ ਅਤਵਾਲ ਹੋਣਾ ਨੇ ਕਿਹਾ ਇਹਦੇ ਬਾਰੇ ਵੀ ਅਸੀਂ ਤੁਹਾਡੇ ਵਿਚਾਰ ਲੈਣੇ ਚਾਹਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਕਿ ਕੀ ਮਹਾਰਾਜਾ ਰਣਜੀਤ ਸਿੰਘ ਨੂੰ ਵੱਖਰੀਆਂ ਵੱਖਰੀਆਂ ਸਰਕਾਰਾਂ ਨੇ ਹੁਣ ਤੱਕ ਸਹੀ ਉਹਨਾਂ ਨੂੰ ਮਾਨਤਾ ਜਿਹੜੀ ਆ ਉਹ ਦਿੱਤੀ ਆ ਕਿ ਨਹੀਂ ਦਿੱਤੀ। ਸਾਡੇ ਨਾਲ ਦੋ ਤਿੰਨ ਸੱਜਣ ਆਲਰੇਡੀ ਜੁੜੇ ਆ, ਕਿਉਂਕਿ ਹੁਣ ਸਮਾਂ ਬੜਾ ਥੋੜ੍ਹਾ ਵਾ, ਇਹਨਾਂ ਦੀ ਅਸੀਂ ਗੱਲ ਸੁਣ ਕੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹਨਾਂ ਦੀ ਕਾਲ ਲੈਣ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਕੱਲ੍ਹ ਅਸੀਂ ਵਿਚਾਰ ਕਰਾਂਗੇ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਦੇ ਉੱਤੇ। ਪਿੱਛੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਇਸ਼ਤਿਹਾਰ ਦਿੱਤਾ ਵਾ, ਐਡਵਰਟਾਈਜ਼ਮੈਂਟ ਦਿੱਤੀ ਅਖਬਾਰਾਂ ਦੇ ਵਿੱਚ, ਉਹਨਾਂ ਦੱਸਿਆ ਵੀ ਅਸੀਂ ਆਹ ਕੁਝ ਅਚੀਵ ਕੀਤਾ, ਲੇਕਿਨ ਵਿਰੋਧੀ ਧਿਰ ਲਗਾਤਾਰ ਕਹਿ ਰਹੇ ਆ ਕਿ ਆਮ ਆਦਮੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਫੇਲ ਹੋ ਰਹੀ ਆ, ਉਹਨੇ ਹਾਲੇ ਤੱਕ ਕੁਝ ਅਚੀਵ ਨਹੀਂ ਕੀਤਾ ਇਸ ਮਸਲੇ ਉੱਤੇ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੀ ਕਾਰਗੁਜ਼ਾਰੀ ਦਿੱਲੀ ਦੇ ਵਿੱਚ ਕਿਹੋ ਜਿਹੀ ਆ, ਇਹਦੇ 'ਤੇ ਆਪਾਂ ਕੱਲ੍ਹ ਵਿਚਾਰ ਚਰਚਾ ਡਿਟੇਲ ਦੇ ਵਿੱਚ ਕਰਾਂਗੇ। ਹੁਣ ਅੱਜ ਦਾ ਮਸਲਾ, ਅੱਜ ਆਪਾਂ ਗੱਲ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ। ਜਿਹੜੇ ਕਾਲਰ ਸਾਡੇ ਨਾਲ ਜੁੜੇ ਆ, ਦੇਖਦੇ ਆ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਜੀ, ਕਰਮ ਸਿੰਘ ਸੰਘਾ ਬੋਲ ਰਿਹਾ ਜੀ ਫਰੀਦਕੋਟ ਤੋਂ। ਹਾਂਜੀ ਹਾਂਜੀ ਹਾਂਜੀ, ਸੰਘਾ ਜੀ ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ, ਬਹੁਤ ਵਧੀਆ ਜੀ। ਆਪਣਾ ਜਿਹੜਾ ਤੁਸੀਂ ਅੱਜ ਗੱਲ ਕਰਦੇ ਸੀ ਨਾ ਵੀ ਆਪਣਾ ਮਹਾਰਾਜਾ ਰਣਜੀਤ ਸਿੰਘ ਨੇ ਨਾ ਮੰਦਰ ਤੇ ਨਾ ਮਸਜਿਦ ਤੇ ਨਾ ਕਿਤੇ ਮਤਲਬ ਹੋਰ ਅਟੈਕ ਕਰਾਇਆ, ਤੇ ਅੱਜ ਕੱਲ੍ਹ ਤਾਂ ਰਾਜਨੀਤੀ ਹੀ ਕੀਤੀ ਜਾਂਦੀ ਹੈ, ਮੰਦਰ ਢਾ ਦਿਓ ਤੇ ਮਸਜਿਦ ਢਾ ਦਿਓ ਤੇ ਬਣਾ ਦਿਓ ਦੁਆਰਾ। ਜੀ ਜੀ, ਤੇ ਕੋਈ ਨਾ ਕੋਈ ਬੰਦਾ ਤੁਹਾਨੂੰ ਅੱਜ ਲੱਭਿਆ ਜਾਂ ਤੁਹਾਨੂੰ ਪਤਾ ਕਿ ਕੋਈ ਨਾ ਕੋਈ ਚੀਜ਼ ਮਹਾਰਾਜਾ ਰਣਜੀਤ ਦੇ ਰਾਜ ਨਾਲ ਮਿਲਦੀ ਹੋਵੇ ਅੱਜ ਕੱਲ੍ਹ ਦੇ ਰਾਜਕਾਲ ਦੀ? ਦੇਖੋ, ਕਈ ਚੀਜ਼ਾਂ ਆਪਾਂ ਕਹਿ ਸਕਦੇ ਹਾਂ, ਜਿਵੇਂ ਇਸ ਵੇਲੇ ਸਾਰੇ ਜਿਹੜੇ ਧਰਮ ਆ, ਕੋਸ਼ਿਸ਼ ਤਾਂ ਪੰਜਾਬ ਦੇ ਵਿੱਚ ਇਹੋ ਹੀ ਆ ਵੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੀਏ। ਇਹ ਤਾਂ ਕੋਸ਼ਿਸ਼ ਮੇਰੇ ਖਿਆਲ ਪ੍ਰਕਾਸ਼ ਸਿੰਘ ਬਾਦਲ ਦੀ ਵੀ ਜ਼ਰੂਰ ਹੈ। ਪਰ ਇੱਕ ਚੀਜ਼ ਮੈਨੂੰ ਤਾਂ ਲੱਗੀ ਆ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਦੀ ਆ, ਕਿਹੜੀ ਚੀਜ਼? ਉਦੋਂ ਵੀ ਬਿਜਲੀ ਨਹੀਂ ਹੁੰਦੀ ਸੀ ਤੇ ਹੁਣ ਵੀ ਬਿਜਲੀ ਹੈਗੀ ਉੱਥੇ ਪੰਜਾਬ 'ਚ। ਹਾਂਜੀ, ਵੀ ਬਿਜਲੀ ਉਦੋਂ ਵੀ ਹੈ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਅੱਜ ਕੱਲ੍ਹ ਵੀ ਹੈ ਨਹੀਂ। ਨਹੀਂ, ਬਿਜਲੀ ਤਾਂ ਕਹਿੰਦੇ ਜੀ ਸਰਪਲਸ ਹੋ ਚੱਲੇ ਇਸ ਗਰਮੀ ਤੋਂ ਬਾਅਦ, ਅਗਲੇ ਸਾਲ ਜਦੋਂ ਤੱਕ ਇਲੈਕਸ਼ਨਾਂ ਹੋਣੀਆਂ ਵਾ ਸਰਪਲਸ ਬਿਜਲੀ ਹੋਣੀ ਪੰਜਾਬ ਦੇ ਵਿੱਚ। ਇਹ 5-6 ਸਾਲ ਹੋ ਗਏ ਸੁਣਦਿਆਂ ਨੂੰ। ਇਹ ਠੀਕ ਹੈ ਗੱਲ, ਕਈ ਸਾਲ ਹੋ ਗਏ ਆ, ਹਰ ਸਾਲ ਇੱਕ ਇੱਕ ਸਾਲ ਵਾਧਾ ਰਹਿੰਦਾ ਵਾ, ਔਰ ਸ਼ਾਇਦ ਅਗਲੇ ਸਾਲ ਜੇ ਬਿਜਲੀ ਲੋਕਾਂ ਨੂੰ ਮੁਹੱਈਆ ਕਰਾਈ ਜਾਊਗੀ ਤਾਂ ਉਹ ਸ਼ਾਇਦ ਇਸ ਕਰਕੇ ਕਰਾਈ ਜਾਊ ਕਿਉਂਕਿ ਅਗਲੇ ਸਾਲ ਇਲੈਕਸ਼ਨਾਂ ਵਾ ਅਤੇ ਅਸੀਂ ਵੋਟਾਂ ਵੀ ਲੈਣੀਆਂ ਵਾ। ਸੰਘਾ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਹਾਂਜੀ ਸੰਧੂ ਸਾਹਿਬ, ਹਰਿੰਦਰ ਸਿੰਘ ਬਿਸਵਾ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਸਵਾ ਜੀ ਸਤਿ ਸ੍ਰੀ ਅਕਾਲ ਜੀ, ਥੋੜ੍ਹੀ ਜਿਹੀ ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਬਹੁਤ, ਅੱਧਾ ਮਿੰਟ ਰਹਿ ਗਿਆ। ਸਮਾਂ ਬਚਿਆ ਹੀ ਨਹੀਂ ਜੀ, ਮੈਂ ਜਿਹੜੀ ਗੱਲ ਕਹਿਣੀ ਮੈਂ ਉਹ ਕਹਿ ਜਾਣੀ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਜੀ, ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਈਡੀਓਲੋਜੀ ਸੀ ਉਹਦੇ ਮੁਤਾਬਕ ਨਹੀਂ ਸੀ।
ਅੱਛਾ ਜੀ। ਤੇ ਮੈਂ ਇਹ ਇਸ ਕਰਕੇ ਕਹਿਣ ਲੱਗਾ ਕਿਉਂਕਿ ਜਿਹੜੀ ਆਈਡੀਓਲੋਜੀ ਸੀ ਗੁਰੂ ਗ੍ਰੰਥ ਸਾਹਿਬ ਵਾਲੀ, ਉਹ ਤਾਂ ਬੰਦਾ ਬਹਾਦਰ ਦੀ ਮੂਵਮੈਂਟ ਤੋਂ ਬਾਅਦ ਇਹ ਖਤਮ ਹੋ ਗਈ ਸੀ। ਓਕੇ, ਜਦ ਮਿਸਲਾਂ ਪੈਦਾ ਹੋਈਆਂ, ਕਿਉਂਕਿ ਬੰਦਾ ਬਹਾਦਰ ਨੇ ਜ਼ਮੀਨਾਂ ਜਿਹੜੀਆਂ ਉਹ ਵੰਡ ਦਿੱਤੀਆਂ ਸੀਗੀਆਂ ਕਿਸਾਨਾਂ ਨੂੰ, ਤੇ ਇੱਥੇ ਮੁੜ ਕੇ ਜਗੀਰਦਾਰੀ ਪੈਦਾ ਹੋਈ ਜੀ, ਹੈ ਜੀ, ਜਗੀਰਦਾਰੀ ਸਿਸਟਮ ਮੁੜ ਕੇ ਆ ਗਿਆ ਜੀ। ਬੰਦਾ ਬਹਾਦਰ, ਬੰਦਾ ਸਿੰਘ ਬਹਾਦਰ ਵੇਲੇ ਰਾਜ ਜਿਹੜਾ ਸੀਗਾ ਉਹ ਲੋਕਾਂ ਦਾ ਰਾਜ ਲਿਆਉਣ ਦੀ ਕੋਸ਼ਿਸ਼ ਹੋਈ ਸੀਗੀ, ਔਰ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਜਗੀਰਦਾਰੀ ਜਿਹੜੀ ਆ ਉਹ ਸ਼ੁਰੂ ਕੀਤੀ। ਇਹਦੇ ਬਾਰੇ ਅਸੀਂ ਬਾਕੀ ਲੋਕਾਂ ਦੇ ਵੀ ਜਿਹੜੇ ਵਿਚਾਰ ਆ ਉਹ ਸੁਣਨੇ ਚਾਹਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਆਈਡੀਓਲੋਜੀ ਦੇ ਮੁਤਾਬਕ ਰਾਜ ਸੀ ਕਿ ਨਹੀਂ, ਇਹਦੇ ਬਾਰੇ ਆਪਾਂ ਕੱਲ੍ਹ ਗੱਲ ਕਰਾਂਗੇ। ਮੇਰਾ ਵਿਚਾਰ ਹੈ ਕਿ ਦੋਵਾਂ ਜਿਹੜੇ ਸਮਿਆਂ ਦੀ ਗੱਲ ਤੁਲਨਾ ਨਹੀਂ ਹੋ ਸਕਦੀ, ਸਮਾਨਤਾ ਨਹੀਂ ਹੋ ਸਕਦੀ, ਔਰ ਸ਼ਾਇਦ ਇਹਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਵੈਸੇ ਤਾਂ ਉਹ ਸਮਾਂ ਹੀ ਹੋਰ ਸੀ, ਪਰ ਫਿਰ ਵੀ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਵਿੱਚ, ਪ੍ਰਕਾਸ਼ ਸਿੰਘ ਬਾਦਲ ਔਰ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜ਼ਬਾਨ ਜ਼ਮੀਨ ਦਾ ਫਰਕ ਸੀ। ਉਹ ਰਾਜ ਸ਼ਾਇਦ ਆਪਣੇ ਪਰਿਵਾਰ ਦੇ ਭਲੇ ਦੇ ਨਾਲ ਨਾਲ ਲੋਕਾਂ ਦੇ ਭਲੇ ਦੇ ਬਾਰੇ ਵੀ ਸੋਚਦਾ ਸੀ। ਹੁਣ ਦੇ ਰਾਜ ਬਾਰੇ ਮੇਰਾ ਖਿਆਲ ਹੈ ਮੈਨੂੰ ਕੋਈ ਬਹੁਤੀ ਟਿੱਪਣੀ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ। ਅੱਜ ਇੰਨਾ ਹੀ, ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।